ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾ ਤੇਰੇ। ਤੁਝ ਬਿਨਾ ਵਰਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾ ਨਿਤ ਤੇਰੇ। ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ। ਨਾਨਕ ਚਾਓ ਇਹੋ, ਸਾਮਤ ਦੇਹੋ ਦਇਆਲ ਪ੍ਰਭ, ਜਿਤ ਤੁਮਹੇ ਅਰਾਦਾ। ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਦਾ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ। ਪ੍ਰਮਾਣ ਗਣੀ ਸੀ ਇਹ ਆਏ, ਸਫਲ ਤਿਨਾ ਕੇ ਕਾਮਾ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ, ਇਹੋ ਮਨ ਤੇਰਾ ਭਾਈ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ। ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੁਕ ਕਰ ਸੰਤਨ ਕੀ ਧੂਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਦੋਏ ਪਰਮ ਭੁਲਾਣੀਆ, ਦੂਜੈ ਲਗਾਹੇਤ, ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ। ਪਾਦੋਏ ਪਰਮ ਭੁਲਾਣੀਆ, ਦੂਜੈ ਲਗਾਹੇਤ, ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ। ਜਿਤ ਦਿਨ ਦੇਹੇ ਬਿਨਸਸੀ, ਤਿਤ ਵੇਲੇ ਕਹਿਸਨ ਪ੍ਰੀਤ। ਪਕੜ ਚਲਾਇਨ ਦੂਤ ਜਮ,
ਕਿਸੈ ਨਾ ਦੇਨੀ ਭੇਤ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਹੱਥ ਮਰੋੜੈ ਤਨ ਕਪੈ, ਸਿਆਹੋ ਹੋਆ ਸੇਤ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਨਾਨਕ ਪ੍ਰਭ ਸਰਣਾਗਤੀ, ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਸੇ ਭਾਦੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਦੋਏ ਪਰਮ ਭੁਲਾਣੀਆ, ਦੂਜੈ ਲੱਗਾ ਹੇਤ। ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਰਸਨਾ ਕਰੋ ਪਵਿੱਤਰ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਸਰਬੱਤ ਸੰਗਤ ਭਾਦੋਂ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਸਤਿਗੁਰੂ ਜੀ ਦੇ ਪਵਿੱਤਰ ਸਥਾਨ ਉੱਪਰ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਨੇ। ਜਿੱਥੇ ਭਾਦੋਂ ਦੀ ਸੰਗਰਾਂਦ ਹੈ ਉੱਥੇ ਸਾਧ ਸੰਗਤ ਜੀਓ, ਅੱਜ ਦੇ ਦਿਨ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਮਹਾਂਪੁਰਸ਼ ਕਹਿਣੀ ਕਥਨੀ ਦੇ ਪੂਰੇ ਸੂਰੇ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਸਰੀਰ ਤਿਆਗਿਆ ਸੀ। ਉਹਨਾਂ ਮਹਾਂਪੁਰਸ਼ਾਂ ਦੀ ਯਾਦ ਅੰਦਰ ਵੀ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਨੇ। ਐਤਵਾਰ ਵਾਲੇ ਦਿਨ ਦੀਵਾਨ ਸੱਜਣਗੇ, ਨਾਲ ਨਾਲ ਹੀ ਪਰਮ ਪੂਜਨੀਕ ਮਹਾਂਪੁਰਸ਼ ਬ੍ਰਹਮ ਨੇਸ਼ਟੀ ਬ੍ਰਹਮ ਸਰੂਤਰੀ ਸ਼੍ਰੀਮਾਨ ਸੰਤ ਬਾਬਾ ਬਿਸ਼ਨ ਸਿੰਘ ਜੀ ਮਹਾਰਾਜ ਮੁਰਾਰੇ ਵਾਲੇ 10ਵੇਂ ਮੁਖੀ ਦਮਦਮੀ ਟਕਸਾਲ ਦੇ, ਉਹਨਾਂ ਦੀ ਵੀ ਪਵਿੱਤਰ ਯਾਦ ਅੰਦਰ ਅਖੰਡ ਪਾਠ ਸਾਹਿਬ ਸੇਵਕ ਪਰਿਵਾਰ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਵੱਲੋਂ ਚੱਲ ਰਹੇ ਹਨ। ਸਵਾਉ ਬੜੇ ਪ੍ਰੇਮ ਦੇ ਨਾਲ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਵਿਚਾਰ ਐਤਵਾਰ ਵਾਲੇ ਦਿਨ ਗੁਰੂ ਸਾਹਿਬ ਜੀ ਕਿਰਪਾ ਕਰਕੇ ਕਰਵਾਉਣ ਤਰਸ ਕਰਕੇ ਕਰਾਂਗੇ। ਅੱਜ ਭਾਦੋਂ ਦੀ ਸੰਗਰਾਂਦ ਦਾ ਦਿਹਾੜਾ ਹੈ, ਇਸ ਕਰਕੇ 12 ਮਾਹ ਦੇ ਵਿੱਚ ਜੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਵਿੱਤਰ ਉਪਦੇਸ਼ ਦਿੱਤਾ ਹੈ ਉਹਦੀ ਵਿਚਾਰ ਕਰਨ ਦਾ ਯਤਨ ਕਰਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੋਏ ਪਵਿੱਤਰ ਬਚਨ ਕਰਦੇ ਨੇ, ਭਾਦੋਏ ਭਰਮ ਭੁਲਾਣੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਸਾਰਾ ਸੰਸਾਰ ਹੀ ਵੈਸੇ ਤੇ ਭਰਮ ਦੇ ਵਿੱਚ ਹੀ ਭੁੱਲਾ ਸੀ। ਭਰਮ 5 ਪ੍ਰਕਾਰ ਦਾ ਮੰਨਿਆ ਹੈ, ਭੇਦ ਵੀ ਮੰਨਿਆ ਹੈ।
ਜੇ ਸਧਾਰਨ ਜਿਹਾ ਕਰਨਾ ਹੋਵੇ, ਜਾਤ ਪਾਤ ਭੇਦ ਭਾਵ ਬੜੇ ਭਰਮ ਸੰਸਾਰ ਦੇ ਵਿੱਚ ਪਏ ਹਨ। ਹਿੰਦੁਸਤਾਨ, ਕੱਲ ਇੱਕ ਸੱਜਣ ਕਹਿੰਦਾ ਸੀ ਵੀ 15 ਅਗਸਤ ਬਾਰੇ ਨਹੀਂ ਬੋਲੇ। ਮੈਂ ਕਿਹਾ ਆਪਣਾ ਬੋਲਣ ਦਾ ਉਹਦੇ ਵਿੱਚ ਹੈ ਨਹੀਂ ਕੁਝ, ਪਰ ਫਿਰ ਵੀ ਉਹਨੇ ਕਿਹਾ ਸੀ ਹਿੰਦੁਸਤਾਨ ਦੀ ਇੱਕ ਸਭ ਤੋਂ ਵੱਡੀ ਕਮਜ਼ੋਰੀ ਇਹ ਰਹੀ ਹੈ ਵੀ ਇੱਥੇ ਕਦੀ ਵੀ ਕੌਮੀ ਏਕਤਾ ਨਹੀਂ ਹੋ ਸਕਦੀ ਕਿਸੇ ਤਰ੍ਹਾਂ ਵੀ। ਉਹਦਾ ਕਾਰਨ ਪਿੱਛੇ ਇਹ ਹੈ ਸਾਧ ਸੰਗਤ ਜੀ ਕਿ ਇੱਥੇ ਧਰਮ ਵੀ ਅਨੇਕ ਨੇ ਔਰ ਭਾਈਚਾਰੇ ਵੀ ਅਨੇਕ ਨੇ, ਬੋਲੀਆਂ ਵੀ ਅਨੇਕ ਨੇ, ਪਹਿਰਾਵੇ ਵੀ ਅਨੇਕ ਨੇ, ਖਾਣਾ ਪੀਣਾ ਵੀ ਅਨੇਕ ਹੈ, ਵਿਚਾਰਧਾਰਾ ਵੀ ਅਨੇਕ ਹੈ। ਇਸ ਕਰਕੇ ਜਿੰਨਾ ਮਰਜ਼ੀ ਕੋਈ ਯਤਨ ਕਰਨ ਦਾ ਉਪਰਾਲਾ ਕਰ ਲਵੇ ਵੀ ਇਸ ਦੇਸ਼ ਵਿੱਚ ਕੌਮੀ ਏਕਤਾ ਬਣੀ ਰਹੇ, ਇਹ ਹੋ ਨਹੀਂ ਸਕਣੀ ਕਿਸੇ ਵੀ ਤਰ੍ਹਾਂ। ਜਿਵੇਂ ਰੂਸ ਦੇ ਟੋਟੇ ਹੋਏ ਨੇ, ਇੱਕ ਦਿਨ ਇਹੋ ਜਿਹਾ ਸਮਾਂ ਆਊਗਾ ਜਿੰਨੇ ਇੱਥੇ ਫਿਰਕੇ ਰਹਿੰਦੇ ਵੀ ਇੱਦਾਂ ਹੀ ਟੋਟੇ ਹੋਣਗੇ ਇਹਦੇ। ਸੋ ਏਕਤਾ ਜਿਹੜੀ ਹੈ, ਭਿੰਨ ਭਿੰਨ ਧਰਮ ਨੇ, ਰਸਮਾਂ ਰੀਤੀਆਂ ਨੇ, ਅੱਡ ਅੱਡ ਸਾਰੇ ਹਨ। 10ਵੀਂ ਸਦੀ ਤੋਂ ਪਹਿਲਾਂ ਵੀ ਇਹ ਸਮੱਸਿਆ ਇੱਥੇ ਸੀ, ਫਿਰ 10ਵੀਂ ਸਦੀ ਤੋਂ ਬਾਅਦ ਮੁਸਲਮਾਨ ਕੌਮ ਆਈ ਹੈ ਇਸ ਦੇਸ਼ ਦੇ ਵਿੱਚ, ਇਹ ਜਿਹੜੀ ਸਮੱਸਿਆ ਹੋਰ ਕਰੂਪ ਰੂਪ ਜਿਹੜਾ ਹੈ ਉਹ ਧਾਰਨ ਕਰ ਗਈ ਇਹਨਾਂ ਦੇ ਸਮੇਂ। ਅੰਗਰੇਜ਼ਾਂ ਦੇ ਆਉਣ ਦੇ ਨਾਲ ਤੇ ਇਹ ਦਸ਼ਾ ਇਸ ਹਿੰਦੁਸਤਾਨ ਦੀ ਹੋਰ ਵੀ ਵਿਗੜੀ, ਕਿਉਂ ਰਾਜਨੀਤੀ ਦੇ ਮਾਹਰ ਅੰਗਰੇਜ਼ ਕਹਿੰਦੇ ਹੈ ਵੀ ਕੌਮ ਨੂੰ ਦੇਸ਼ ਨੂੰ ਪਾੜ ਕੇ ਰੱਖੋ ਫਿਰ ਇਹ ਠੀਕ ਚੱਲਣਗੇ। ਇਸ ਕਰਕੇ ਕੋਈ ਜਿੰਨਾ ਮਰਜ਼ੀ ਯਤਨ ਕਰੇ, ਇੱਕ ਦਿਨ ਐਸਾ ਸਮਾਂ ਬਣੇਗਾ ਕਿ ਇੱਥੇ ਏਕਤਾ ਰਹਿ ਨਹੀਂ ਪਾਵੇਗੀ। ਠੀਕ ਹੈ, ਸਿੱਖਾਂ ਉੱਤੇ ਵੱਖਰੇ ਦੋਸ਼ ਲਾਏ ਜਾਂਦੇ ਵੀ ਇਹ ਰਹਿਣਾ ਨਹੀਂ ਚਾਹੁੰਦੇ, ਉਹ ਵੱਖਰੀਆਂ ਗੱਲਾਂ ਨੇ, ਜਾਂ ਫਿਰ ਉਪਰਾਲੇ ਕੀਤੇ ਨੇ ਭਗਤਾਂ ਨੇ, ਮਹਾਂਪੁਰਸ਼ਾਂ ਨੇ, ਭਗਤੀ ਲਹਿਰ ਨੇ ਉਪਰਾਲਾ ਕੀਤਾ ਪਰ ਇੰਨਾ ਕਾਮਯਾਬ ਨਹੀਂ ਹੋ ਸਕਿਆ। ਫਿਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਪਰਾਲਾ ਕੀਤਾ, ਸਤਿਗੁਰੂ ਜੀ ਤੋਂ ਬਾਅਦ ਧੰਨ ਗੁਰੂ ਅੰਗਦ ਦੇਵ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਇਹ ਉਪਰਾਲਾ ਕੀਤਾ ਗਿਆ। ਸਭ ਤੋਂ ਵੱਡੀ ਕਾਮਯਾਬੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ 'ਤੇ ਪ੍ਰਾਪਤ ਹੋਈ। ਉਹਨਾਂ ਨੇ ਇੱਕ ਏਕਤਾ ਦੀ ਲਹਿਰ ਦਾ ਨਾਂ ਰੱਖਿਆ ਖਾਲਸਾ, ਜਿਹਦੇ ਵਿੱਚ ਹਿੰਦੂ ਵੀ ਸ਼ਾਮਲ ਸੀ, ਮੁਸਲਮਾਨ ਵੀ ਸ਼ਾਮਲ ਸੀ, ਜਿਹਦੇ ਵਿੱਚ ਹਰ ਤਬਕੇ ਦਾ ਬੰਦਾ ਸ਼ਾਮਲ ਸੀ। ਜੇ ਤਾਂ ਇਹ ਹਿੰਦੁਸਤਾਨ ਦੇ ਲੋਕ ਆ ਜਿਹੜਾ ਝੂਠਾ ਜਿਹਾ ਪ੍ਰੋਪੇਗੰਡਾ ਕਰਦੇ ਨਾ ਵੀ ਅਸੀਂ ਇੱਕ ਹਾਂ, ਇੱਦਾਂ ਕੋਈ ਇੱਕ ਨਹੀਂ, ਇੱਕ ਤਾਂ ਹੋ ਸਕਦੇ ਇਹ ਜੇ ਖੰਡੇ ਬਾਟੇ ਦਾ ਅੰਮ੍ਰਿਤ ਛਕਣ, 10ਵੇਂ ਪਾਤਸ਼ਾਹ ਦੇ ਸਿਧਾਂਤ 'ਤੇ ਚੱਲਣ, ਗੁਰਬਾਣੀ ਦੇ ਸਿਧਾਂਤ 'ਤੇ ਚੱਲਣ। ਗੁਰਬਾਣੀ ਦਾ ਕੀ ਪਵਿੱਤਰ ਸਿਧਾਂਤ ਹੈ, ਖੱਤਰੀ ਬ੍ਰਾਹਮਣ ਸੂਦ ਵੈਸ
ਉਪਦੇਸ਼ ਚੋਂ ਵਰਨਾ ਕੋ ਸਾਂਝਾ। ਗੁਰਬਾਣੀ ਦਾ ਕੀ ਸਿਧਾਂਤ ਹੈ? ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਕੋ। ਗੁਰਬਾਣੀ ਨੇ ਸਾਨੂੰ ਕੀ ਸਮਝਾਇਆ? ਅਵਰ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਕਾਂ ਭਰਮ ਨਾ ਭੁੱਲੋ ਭਾਈ, ਜੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਜੁੜਨ, ਫਿਰ ਤੇ ਕੁਝ ਆਸ ਰੱਖੀ ਜਾ ਸਕਦੀ ਹੈ, ਨਹੀਂ ਤੇ ਇੰਨੇ ਧਰਮ ਮੈਨੂੰ ਦੱਸੋ, ਇੰਨੀਆਂ ਬੋਲੀਆਂ, ਇੰਨੇ ਕਲਚਰ, ਇੰਨੇ ਸੁਭਾਅ, ਖਾਣੇ ਦੇ ਵੱਖਰੇ, ਪਹਿਨਣ ਦੇ ਵੱਖਰੇ, ਕਿੱਦਾਂ ਇੱਕ ਰੱਖ ਸਕਦੇ? ਰੱਖ ਹੀ ਨਹੀਂ ਸਕਦੇ। ਇੱਕ ਦਿਨ ਸਮਾਂ ਆਵੇਗਾ ਖਿਲਰ ਜਾਣਗੇ, ਖਰਬੂਜੇ ਦੀਆਂ ਫਾੜੀਆਂ ਨੂੰ ਅੱਡ ਅੱਡ ਹੋ ਜਾਣ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਸਾਨੂੰ ਸਿਧਾਂਤ ਦਿੱਤਾ ਹੈ। ਭਰਮ ਤੇ ਹੁਣ ਕਿੰਨੇ ਪ੍ਰਕਾਰ ਦਾ ਮੰਨਿਆ, ਪੰਜ ਤਰ੍ਹਾਂ ਦਾ ਭਰਮ ਮੰਨਿਆ ਹੈ, ਪਰ ਨਾਲ ਨਾਲ ਜਾਤ ਪਾਤ ਭੇਦ ਭਾਵ ਇਹ ਵੀ ਤੇ ਭਰਮ ਹੀ ਨੇ ਨਾ, ਇਹ ਵੀ ਤੇ ਭੁਲੇਖੇ ਹੀ ਪਏ ਹੋਏ ਨੇ ਲੋਕਾਂ ਦੇ ਮਨਾਂ ਦੇ ਵਿੱਚ। ਹੈਰਾਨੀ ਦੀ ਗੱਲ ਆ, ਸਤਿਗੁਰੂ ਗਰੀਬ ਨਿਵਾਜ ਨੇ ਸਾਰੇ ਭਰਮ ਕੱਢੇ ਨੇ। ਗੁਰਬਾਣੀ ਕਹਿੰਦੀ ਗੁਰੂ ਉਹ ਆ ਜਿਹੜਾ ਭੇਦ ਭਾਵ ਭਰਮ ਕੱਢ ਦੇਵੇ। ਸੋ ਸਤਿਗੁਰ ਧੰਨ ਧੰਨ ਜਿਨ ਭਰਮਗੜ੍ਹ ਤੋੜਿਆ, ਸੋ ਸਤਿਗੁਰ ਵਾਹੋ ਵਾਹੋ ਜਿਨ ਹਰਸਿਓ ਜੋੜਿਆ। ਇੱਕੋ ਇੱਕ ਐਸਾ ਧਰਮ ਆ ਜਿਹਦੇ ਬਾਰੇ ਬਾਣੀ ਦੇ ਵਿੱਚ ਲਿਖਿਆ, ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪ੍ਰਕਾਸ਼, ਕਾਟੀ ਬੇਰੀ ਪਗ ਹੈ ਤੇ ਗੁਰ ਕੀਨੀ ਬੰਦ ਖਲਾਸ। ਗੁਰੂ ਸਾਹਿਬ ਨੇ ਸਾਰੇ ਭੇਦ ਭਾਵ ਭਰਮ ਕੱਢ ਦਿੱਤੇ ਨੇ। ਜੇ ਮਹਾਰਾਜ ਨੇ ਭੇਦ ਭਾਵ ਭਰਮ ਕੱਢੇ ਹੋਣ, ਜੇ ਨਾ ਕੱਢੇ ਹੁੰਦੇ ਤੇ ਫਿਰ ਕਬੀਰ ਸਾਹਿਬ ਉੱਥੇ ਹੁੰਦੇ ਗੁਰੂ ਗ੍ਰੰਥ ਸਾਹਿਬ, ਜਿੱਥੇ ਕਬੀਰ ਸਾਹਿਬ ਇੱਕ ਮੁਸਲਮਾਨ ਨੇ ਉੱਥੇ ਇੱਕ ਹਿੰਦੂ ਪੰਡਿਤ ਬ੍ਰਾਹਮਣ ਵੀ ਬੈਠਾ ਹੈ, ਉੱਥੇ ਇੱਕ ਐਸਾ ਭਗਤ ਬੈਠਾ ਜਿਹੜਾ ਬ੍ਰਾਹਮਣਾਂ ਦੀ ਕੁਲ ਦੇ ਵਿੱਚ ਪੈਦਾ ਹੋਇਆ, ਸ੍ਰੇਸ਼ਟ ਬ੍ਰਾਹਮਣ ਹੈ, ਭਗਤ ਜੈਦੇਵ ਵਰਗੇ ਮਹਾਰਾਜ ਵਰਗੇ ਸੰਤ ਸਾਧੂ, ਇਸੇ ਤਰ੍ਹਾਂ ਭਗਤ ਸੂਰਦਾਸ ਜੀ ਵਰਗੇ। ਜੇ ਉੱਥੇ ਰਾਜਾ ਬੈਠਾ ਗੁਰਬਾਣੀ ਦੇ ਵਿੱਚ, ਰਾਜਾ ਪੀਪਾ, ਭਗਤ ਪੀਪਾ ਰਾਜਿਆਂ ਦਾ ਘਰਾਣਾ ਹੈ, ਰਾਜਪੂਤ ਹੈ, ਉੱਥੇ ਇੱਕ ਗਰੀਬ ਵੀ ਬੈਠਾ ਹੈ ਭਗਤ ਰਵਿਦਾਸ। ਜਿੱਥੇ ਸਾਰੇ ਬੈਠੇ ਨੇ ਉੱਥੇ ਇੱਕ ਗਰੀਬ ਕਸਾਈ ਭਗਤ ਸਦਨਾ ਵੀ ਬੈਠਾ ਹੈ, ਉੱਥੇ ਭਾਈ ਮਰਦਾਨਾ ਸਾਹਿਬ ਵੀ ਹਨ। ਜਿੱਥੇ ਦਸ ਗੁਰੂ ਸਾਹਿਬ ਦਾ ਸਰੂਪ ਹੈ ਬਾਣੀ, ਉੱਥੇ ਗੁਰੂ ਕੇ ਸਿੱਖ ਵੀ ਬੈਠੇ ਨੇ। ਇਹ ਗੁਰੂ ਸਾਹਿਬ ਨੇ ਕਿੱਡੀ ਵੱਡੀ ਸਾਡੇ 'ਤੇ ਕਿਰਪਾ ਕੀਤੀ ਹੈ, ਇਹ ਹਿੰਦੁਸਤਾਨ ਜਾਂ ਸਾਡੇ ਵਿਸ਼ਵ ਦੇ ਸਾਰੇ ਲੋਕਾਂ ਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਜਿੰਨਾ ਮਰਜ਼ੀ ਉੱਤੋਂ ਏਕਤਾ ਦੀਆਂ ਗੱਲਾਂ ਕਰੀ ਜਾਣ, ਅਸੀਂ ਇੱਕ ਆ ਇੱਕ ਆ, ਇੱਦਾਂ ਕੋਈ ਇੱਕ ਨਹੀਂ ਹੁੰਦਾ। ਇੱਕ ਹੋਣ ਵਾਸਤੇ ਖਾਲਸਾ ਪੈਦਾ ਕੀਤਾ ਮਹਾਰਾਜ, ਖੰਡੇ ਬਾਟੇ ਦਾ ਅੰਮ੍ਰਿਤ ਛਕੇ ਤੇ ਇੱਕ ਹੋਵੇ। ਪਰ ਕਈ ਵਾਰੀ ਮੈਂ ਹੈਰਾਨ ਹੁੰਦਾ ਵਾਂ ਕਿ ਸਾਡੇ ਸਿੱਖ ਵੀ
ਉਸ ਦਸਵੇਂ ਪਾਤਸ਼ਾਹ ਦੀ ਮਰਿਆਦਾ ਤੋਂ ਮੁਨਕਰਦੇ ਅੰਦਰੋਂ ਅੰਦਰ ਹੀ ਸਭ। ਪ੍ਰਾਣੀ ਆਪ ਜੀ ਅੱਗੇ ਬੇਨਤੀ ਕਰਕੇ ਕਥਾ ਸ਼ੁਰੂ ਕਰਾਂ। ਜਿਹੜੀਆਂ ਅਛੂਤ ਜਾਤੀਆਂ ਸੀ ਨਾ, ਉਹਨਾਂ ਦੇ ਵਿੱਚ ਇੱਕ ਪ੍ਰਾਣੀ ਨੇ ਕੇਸ ਰੱਖ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਸਮੇਤ ਪਰਿਵਾਰ। ਇਹ ਨਵਾਂ ਸੱਜਿਆ ਸਿੰਘ ਕੜਾਹ ਪ੍ਰਸ਼ਾਦ ਦਾ ਥਾਲ ਸਿਰ ਤੇ ਚੁੱਕ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਥੇ ਲੈ ਕੇ ਗਿਆ। ਪੁਰਾਣੇ ਸਮੇਂ ਦੇ ਵਿੱਚ ਦੇਗ ਬਣਵਾਉਣੀ ਪੈਂਦੀ ਸੀ ਜਾਂ ਬਣਾ ਕੇ ਲੈ ਕੇ ਜਾਣੀ ਪੈਂਦੀ ਸੀ। ਤਾਂ ਜਦੋਂ ਇਹ ਗਰੀਬ ਸਿੱਖ ਉੱਥੇ ਗਿਆ ਤਾਂ ਪੁਜਾਰੀਆਂ ਦੇ ਵਿੱਚੋਂ ਕਿਸੇ ਨੇ ਇਹਨੂੰ ਲਿਆ ਪਛਾਣ ਵੀ ਇਹ ਤੇ ਅਛੂਤ ਆ, ਗਰੀਬ ਆ, ਇਹ ਤੇ ਨੀਵੀਂ ਜਾਤ ਦਾ ਵਾ। ਉਹਦਾ ਪ੍ਰਸ਼ਾਦ ਤੇ ਕੀ ਇਹਨਾਂ ਲੈਣਾ ਸੀ, ਸਗੋਂ ਧੱਕੇ ਮਾਰ ਕੇ ਉਹਨੂੰ ਕੱਢਿਆ ਗਿਆ ਉੱਥੇ। ਪ੍ਰਸ਼ਾਦ ਤੇ ਕੀ ਉਹਨਾਂ ਨੇ ਪ੍ਰਵਾਨ ਕਰਨਾ ਸੀ। ਇਹ ਇੰਨਾ ਦੁਖੀ ਹੋ ਗਿਆ, ਹਾਰ ਕੇ ਫਿਰ ਇਹ ਈਸਾਈ ਬਣ ਗਿਆ। ਈਸਾਈ ਬਣ ਕੇ ਜਦੋਂ ਕੋਟ ਪੈਂਟ ਪਾਇਆ, ਟਾਈ ਲਾਈ, ਟੋਪੀ ਪਾਈ, ਕੁਝ ਸਮੇਂ ਬਾਅਦ ਆਇਆ ਉਹੋ ਹੀ ਪੁਜਾਰੀ। ਅੰਗਰੇਜ਼ਾਂ ਦੇ ਸਮੇਂ ਦੀ ਗੱਲ ਕਰਦਾ ਮੈਂ, ਸ਼੍ਰੋਮਣੀ ਕਮੇਟੀ ਤੋਂ ਪਹਿਲਾਂ ਦੀ। ਉਹੋ ਹੀ ਪੁਜਾਰੀ ਉਹਨੂੰ ਨਾਲ ਲੈ ਕੇ ਹਰਿਮੰਦਰ ਸਾਹਿਬ ਦਰਸ਼ਨ ਕਰਾਉਂਦੇ ਆ ਤੇ ਨਾਲੇ ਸਰੂਪਾ ਦਿੰਦੇ। ਆਹ ਫਰਕ ਹੁੰਦਾ ਜੇ ਰਾਜ ਭਾਗ ਦਾ। ਸਤਿਗੁਰੂ ਨੇ ਸਿੱਖਾਂ ਵਿੱਚੋਂ ਸਾਰੇ ਹੀ ਭਰਮ ਕੱਢੇ। ਕੋਈ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਪਰ ਇੱਥੇ ਇੱਕ ਬੇਨਤੀ ਕਰਦਾ, ਸਿੱਖਾਂ 'ਚ ਜਨਮ ਨਹੀਂ ਮੰਨਿਆ ਗਿਆ, ਸਿੱਖਾਂ 'ਚ ਕਮਾਈ ਜ਼ਰੂਰ ਮੰਨੀ ਗਈ। ਜੇ ਕਮਾਈ ਨਹੀਂ ਨਾ, ਨਾਮ ਨਹੀਂ ਜਪਦਾ, ਫਿਰ ਕੋਈ ਵੀ ਹੋਵੇ ਕਹਿੰਦੇ ਇਹਦੇ ਨਾਲ ਕੋਈ ਸਾਂਝ ਨਹੀਂ ਇਹਨੂੰ ਪਾਸੇ ਕਰਦੇ। ਤੇ ਜੇ ਨਾਮ ਦੀ ਕਮਾਈ ਕਰਦਾ ਫਿਰ ਉੱਥੇ ਹੀ ਲੰਗਰ 'ਚ ਬਹਿ ਕੇ ਉਹ ਛਕ ਸਕਦਾ ਹੈ, ਉਹ ਵੀ ਅੰਮ੍ਰਿਤ ਛਕ ਸਕਦਾ ਹੈ। ਤਾਂ ਇਹ ਗਰੀਬ ਰਿਵਾਜ ਨੇ ਸਾਡੇ ਉੱਤੇ ਕਿਰਪਾ ਕੀਤੀ। ਕੀ ਕਿਰਪਾ ਕੀਤੀ ਹੈ? ਜਿਨ ਭਰਮਗੜ ਤੋੜਿਆ। ਭਰਮ ਦੇ ਵਿੱਚ ਇਹ ਵੀ ਆ ਜਾਂਦਾ ਹੈ, ਇਸੇ ਤਰ੍ਹਾਂ ਜਿਹੜਾ ਵਿਦਵਾਨਾਂ ਨੇ ਸਾਧ ਸੰਗਤ ਜੀ ਭਰਮ ਮੰਨਿਆ ਧਾਰਮਿਕ ਗ੍ਰੰਥਾਂ ਦੇ ਅੰਦਰ, ਉਹ ਪੰਜ ਪ੍ਰਕਾਰ ਦਾ ਭਰਮ ਮੰਨਿਆ ਹੈ। ਜਿਹੜੇ ਬੰਦੇ ਨੂੰ ਪੰਜ ਪ੍ਰਕਾਰ ਦਾ ਭਰਮ ਪਿਆ ਉਹ ਰੱਬ ਨੂੰ ਨਹੀਂ ਮੰਨੂਗਾ ਕਦੇ। ਉਹ ਪੰਜ ਪ੍ਰਕਾਰ ਦਾ ਭਰਮ ਕਿਹੜਾ ਹੈ? ਇੱਕ ਤੇ ਹੈ ਭੇਦ ਭਰਮ, ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਆਪ ਤੋਂ ਵੱਖਰਾ ਮੰਨਣਾ। ਦੂਸਰਾ ਸਾਧ ਸੰਗਤ ਜੀ ਹੈ ਕਰਤ੍ਰਿਕ ਭਰਮ, ਕਹਿੰਦਾ ਸਭ ਕੁਝ ਮੈਂ ਹੀ ਕਰਦਾ ਵਾ। ਮਨਮੁਖ ਦੀ ਰੀਤ ਕੀ ਹੈ? ਕਹਿੰਦਾ ਸਭ ਕੁਝ ਮੈਂ ਕੀਤਾ। ਗੁਰਮੁਖ ਦੀ ਰੀਤ ਕੀ ਹੈ? ਮਿਹਨਤ ਕਰਕੇ, ਕਹਿੰਦਾ ਗੁਰੂ ਨੇ ਕਿਰਪਾ ਕੀਤੀ, ਮਾਲਕ ਨੇ ਤਰਸ ਕੀਤਾ। ਮਨਮੁਖ ਕਹਿੰਦਾ ਨਾ, ਸਭ ਕੁਝ ਮੈਂ ਹੀ ਕੀਤਾ ਹੈ। ਤਾਂ ਆਪਣੇ ਆਪ ਨੂੰ ਕਰਤਾ ਮੰਨਣਾ ਵੀ ਮੈਂ ਸਭ ਕੁਝ ਕਰ ਸਕਦਾ ਹਾਂ, ਇਹ ਵੀ ਹਉਮੈ। ਸੰਗ ਭਰਮ, ਸੰਗ ਭਰਮ ਕਹਿੰਦੇ ਨੇ ਦੇਹ ਰੂਪ ਹਾਂ ਤੇ ਜੰਮਦਾ ਮਰਦਾ ਹੈ, ਆਪਣੇ ਆਪ ਨੂੰ ਸਰੀਰ ਮੰਨਣਾ ਵੀ ਮੈਂ ਤਾਂ ਸਰੀਰ ਹਾਂ। ਹੁਣ ਸਰੀਰ ਤੋਂ ਤੇ ਪਾਸੇ ਆਤਮਾ,
ਸਰੀਰ ਮਰ ਜਾਂਦਾ, ਆਤਮਾ ਨਹੀਂ ਮਰਦੀ, ਅਗਲੇ ਜਨਮ 'ਚ ਚਲੇ ਜਾਂਦੀ। ਪਰ ਜਦੋਂ ਕਹਿੰਦਾ ਵੀ ਮੈਂ ਤੇ ਮਰ ਚੱਲਿਆ, ਮਸਾਂ ਬਚਿਆ, ਅੱਜ ਮੈਂ ਮਰ ਚੱਲਿਆ ਸੀ, ਤੇ ਜੇ ਕੋਈ ਉੱਥੇ ਸੰਤ ਖਲੋਤਾ ਹੋਇਆ ਉਹਨੇ ਕਹਿਣਾ ਤੂੰ ਮਰ ਚੱਲਿਆ ਸੀ ਕਿ ਤੇਰਾ ਸਰੀਰ ਮਰ ਚੱਲਿਆ ਸੀ? ਆਹ ਵਾਲ ਦੀ ਖੱਲ ਕਿਹੜਾ ਲਊਗਾ? ਉਹ ਕਹਿੰਦਾ ਮੈਨੂੰ ਬੜੀ ਭੁੱਖ ਲੱਗੀ। ਕਹਿੰਦੇ ਤੈਨੂੰ ਲੱਗੀ ਕਿ ਤੇਰੇ ਸਰੀਰ ਨੂੰ, ਪ੍ਰਾਣਾਂ ਨੂੰ ਲੱਗੀ ਹੈ? ਤੈਨੂੰ ਤੇ ਪਤਾ ਲੱਗਦਾ ਪਿਆ ਵੀ ਹੁਣ ਭੁੱਖ ਲੱਗੀ, ਇਹਨੂੰ ਰੋਟੀ ਖਵਾ ਲਾ। ਜਿਵੇਂ ਕੋਈ ਘੋੜੀ ਚੜਿਆ, ਹੁਣ ਇਹ ਥੱਕ ਗਈ ਆ, ਇਹਨੂੰ ਪੱਠੇ ਪਾ ਲਾ, ਪਾਣੀ ਪਿਆ ਲਾ, ਸਾਹ ਦਵਾ ਲਾ। ਕਹਿੰਦਾ ਮੈਂ ਬਹੁਤ ਬਿਮਾਰ ਹਾਂ। ਕਹਿੰਦੇ ਤੂੰ ਬਿਮਾਰ ਆ ਕਿ ਤੇਰਾ ਸਰੀਰ ਬਿਮਾਰ ਆ? ਜਿਹੜਾ ਵਿੱਚ ਕਹਿੰਦਾ ਵੀ ਮੈਂ ਬਹੁਤ ਬਿਮਾਰ ਹਾਂ, ਉਹ ਤੇਰਾ ਸਰੀਰ ਬਿਮਾਰ, ਤੂੰ ਕਦੋਂ ਬਿਮਾਰ ਆ? ਮੈਂ ਤੰਦਰੁਸਤ ਹਾਂ, ਤੂੰ ਤੰਦਰੁਸਤ ਆ ਕਿ ਸਰੀਰ ਤੰਦਰੁਸਤ ਆ? ਇਹਨੂੰ ਕਹਿੰਦੇ ਭ੍ਰਾਂਤੀ। ਆਪਣੇ ਆਪ ਨੂੰ ਉਸ ਦੁਨੀਆਂ ਨੇ ਸਰੀਰ ਮੰਨਿਆ ਵੀ ਅਸੀਂ ਸਰੀਰ ਹੀ ਹਾਂ ਬਸ, ਪਰ ਜਿਹੜੀ ਆਤਮਾ ਹੁੰਦੀ ਉਹ ਸਰੀਰ ਤੋਂ ਪਾਸੇ ਹੁੰਦੀ। ਜਿਹਨੂੰ ਅੱਗ ਡੋ ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਸ਼ਸਤਰ ਕੱਟ ਨਹੀਂ ਸਕਦੇ, ਜਿਹਨੂੰ ਗ੍ਰੰਥਾਂ ਦੇ ਵਿੱਚ ਲਿਖਿਆ ਨਾ ਨੈਨਮ ਸ਼ਦੰਤੀ ਸ਼ਸਤਰ ਰਾਣੀ ਨੈਨਮ ਦਹਿਤੀ ਪਾਵਕਾ ਨਾ ਚਾ ਕਲੇ ਦੇ ਅੰਤੇ ਆਪੋ ਨਾ ਚਾ ਸੋਚੇ ਤੀ ਮਾਰੂਤਾ। ਕਿੰਨੇ ਦੁਨੀਆਂ 'ਚ ਹਥਿਆਰ ਬਣ ਗਏ ਆ, ਅੱਗੇ ਤੇ ਹਿੱਕ ਦੇ ਜ਼ੋਰ ਤੇ ਲੜਦੇ ਸੀ, ਹੁਣ ਅਗਲਿਆਂ ਵੜਨ ਹੀ ਦੱਬਣ, ਦੇਸ਼ ਹੀ ਉੱਡ ਜਾਣਾ ਸਫਾਇਆ। ਦੁਨੀਆਂ ਦੇ ਸਭ ਤੋਂ ਵੱਧ ਹਥਿਆਰ ਸ਼ਾਇਦ ਇਸ ਦੇਸ਼ ਕੋਲ ਆ, ਪਰ ਆਤਮਾ ਨੂੰ ਕੋਈ ਨਹੀਂ ਮਾਰ ਸਕਦਾ। ਪਾਣੀ ਦੇ ਵਿੱਚ ਸਭ ਤੋਂ ਵੱਡੀ ਤਾਕਤ ਆ, ਵੀ ਵੱਡੀਆਂ ਤੋਂ ਵੱਡੀਆਂ ਚੀਜ਼ਾਂ ਗਾਲ ਦੂ, ਪਰ ਆਤਮਾ ਨੂੰ ਕੁਝ ਨਹੀਂ ਕਰ ਸਕਦਾ। ਤਾਂ ਕੋਈ ਏਦਾਂ ਦੀ ਚੀਜ਼ ਨਹੀਂ ਬਣੀ ਵੀ ਜਿਹੜੀ ਆਤਮਾ ਨੂੰ ਕੱਟ ਦੇਵੇ, ਛੇਦ ਦੇਵੇ, ਵਿੰਨ ਦੇਵੇ। ਹਾਂ, ਸਰੀਰ ਜ਼ਰੂਰ ਛੇਤਿਆ ਜਾਂਦਾ, ਵਿੰਨਿਆ ਜਾਂਦਾ, ਡੁੱਬਦਾ ਹੈ, ਸੜਦਾ ਹੈ, ਮਰਦਾ। ਤਾਂ ਇਹ ਕਿਹੜਾ ਭੇਦ ਹੈ? ਇਹ ਹੈ ਸੰਗ ਭ੍ਰਾਂਤੀ। ਇਸੇ ਤਰ੍ਹਾਂ ਵਿਕਾਰ ਭਰਮ। ਵਿਕਾਰ ਭਰਮ ਕੀ ਹੁੰਦਾ ਹੈ? ਵੀ ਇਹ ਜਿਹੜੀ ਦੁਨੀਆ ਵਾ, ਇਹ ਪਰਮਾਤਮਾ ਦਾ ਵਿਕਾਰ, ਬ੍ਰਹਮ ਦਾ ਵਿਕਾਰ। ਜਿਵੇਂ ਦੁੱਧ ਦਾ ਵਿਕਾਰ ਕੀ ਹੁੰਦਾ? ਦਹੀਂ। ਸੋਨੇ ਦਾ ਵਿਕਾਰ ਕੀ ਹੁੰਦਾ? ਮੈਨੇ ਸੋਨੇ ਤੋਂ ਬਦਲ ਕੇ ਕੀ ਬਣਦੇ? ਕੜੇ ਕਾਂਟੇ ਆ, ਜੋ ਵੀ ਹੁੰਦੇ। ਤਾਂ ਉਹ ਕੁਝ ਬੰਦੇ ਕਹਿੰਦੇ ਵੀ ਰੱਬ ਤੋਂ ਅੱਗੇ ਇਹ ਦੁਨੀਆ ਬਣ ਗਈ, ਰੱਬ ਬਦਲ ਕੇ ਦੁਨੀਆ ਬਣ ਗਿਆ। ਉਹ ਕਹਿੰਦੇ ਦੁਨੀਆ ਬਣੀ ਪਰ ਰੱਬ ਵਿੱਚ ਫਿਰ ਵੱਖਰਾ। ਇਸੇ ਤਰ੍ਹਾਂ ਸਾਧ ਸੰਗ ਦੀ ਸਤਿਅਤ ਭਰਮ। ਕਈ ਕਹਿੰਦੇ ਰੱਬ ਤੋਂ ਬਿਨਾਂ ਸੰਸਾਰ ਸੱਚਾ ਵਪੜੇ ਮੰਨੀ ਬੈਠੇ, ਤਾਂ ਉਹ ਕਹਿੰਦੇ ਵੀ ਸੰਸਾਰ ਸੱਚਾ ਪਰਮਾਤਮਾ ਤੋਂ ਬਿਨਾਂ। ਤਾਂ ਇੱਦਾਂ ਦੇ ਭੇਦ ਮੰਨੇ ਨੇ ਵਾਹਿਗੁਰੂ, ਭ੍ਰਾਂਤੀਆਂ ਮੰਨੀਆਂ ਨੇ, ਭਰਮ ਮੰਨੇ ਨੇ। ਜਿਹਨੂੰ ਬਾਣੀ ਕਹਿੰਦੀ ਐਸੇ ਭਰਮ ਭੁੱਲੇ ਸੰਸਾਰ। ਇੱਦਾਂ ਜਿਹੜੇ ਲੋਕ ਭਰਮ ਦੇ ਵਿੱਚ ਭੁੱਲੇ ਹੋਏ ਨੇ, ਉਹ ਫਿਰ ਰੱਬ ਨੂੰ ਚੇਤੇ ਨਹੀਂ ਕਰਦੇ। ਤੁਸੀਂ ਆਮ ਹੀ ਦੇਖਿਆ ਹੋਊਗਾ, ਜਿਹੜਾ ਬੰਦਾ ਦੁਨੀਆਂ 'ਚ ਖੁਭਿਆ ਹੁੰਦਾ, ਉਹ ਕਹਿੰਦਾ ਰੱਬ ਹੈ ਹੀ ਨਹੀਂ, ਉਹ ਰੱਬ ਨੂੰ ਮੰਨਦਾ ਨਹੀਂ। ਤਾਂ ਮਹਾਰਾਜ ਕਹਿੰਦੇ ਜਿਨ੍ਹਾਂ ਜਿਹੜੇ ਭਰਮ ਦੇ ਵਿੱਚ ਭੁੱਲੇ ਨੇ, ਉਹਨਾਂ ਦਾ ਫਿਰ ਦੂਜੇ ਦੇ ਨਾਲ ਹੇਤ ਪ੍ਰੇਮ ਲੱਗਦਾ ਹੈ। ਤੇ ਐਸੇ ਲੋਕ ਜਿਹੜੇ ਹਨ,
ਉਹ ਫਿਰ ਜਿੰਨੇ ਮਰਜ਼ੀ ਸਾਧਨ ਕਰ ਲੈਣ, ਜਪ ਤਪ ਕਰ ਲੈਣ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਦੂਸਰੀ ਪੰਕਤੀ 'ਚ ਦੱਸਦੇ ਹਨ, ਲੱਖ ਸਿਗਾਰ ਬਣਾਇਆ ਕਾਰਜ ਨਾਹੀਂ ਕੇਤ। ਉਹ ਭਾਵੇਂ ਲੱਖਾਂ ਸ਼ਿੰਗਾਰ ਕਰ ਲੈਣ। ਇੱਥੇ ਦ੍ਰਿਸ਼ਟਾਂਤ ਦਿੱਤਾ ਵਾ ਇਸਤਰੀ ਦਾ। ਹੁਣ ਤੁਸੀਂ ਦੱਸੋ ਵੀ ਸਾਰੇ ਘਰਾਂ ਵਾਲੇ ਆ, ਗ੍ਰਿਸ਼ਤੀ ਆ, ਵਿਆਹੇ, ਜਿਹੜੀ ਔਰਤ ਖਾਣ ਪੀਣ ਦੇ ਭਰਮ ਦੇ ਵਿੱਚ ਪਤੀ ਨੂੰ, ਪਤੀ ਦੀ ਸੇਵਾ ਨੂੰ ਭੁਲਾ ਦਿੰਦੀ ਹੈ, ਦੂਜੇ ਪੁਰਸ਼ਾਂ ਨਾਲ ਪਿਆਰ ਕਰਦੀ ਹੈ, ਉਹ ਭਾਵੇਂ ਲੱਖਾਂ ਹੀ ਸ਼ਿੰਗਾਰ ਕਰ ਲਏ, ਉਹ ਕਿਸੇ ਕੰਮ ਨਹੀਂ ਆਉਂਦੇ। ਉਹਦੇ ਕੀਤੇ ਹੋਏ ਸ਼ਿੰਗਾਰ ਸਿਰਫ ਤੇ ਸਿਰਫ ਮਨ ਮੈਲਾ ਕਰਦੇ ਹਨ, ਦੂਜੇ ਦਾ ਵਕਾਰ ਦਾ ਕਾਰਨ ਨੇ। ਉਹਨੇ ਆਪਣਾ ਜੀਵਨ ਤੇ ਗਰਕ ਕੀਤਾ, ਹੋਰਾਂ ਦਾ ਉਹਨੇ ਕਰਨਾ ਹੈ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜੈਸੇ ਕੁਲਾ ਵਧੂ ਅੰਗ ਰਚਤ ਸ਼ਿੰਗਾਰ ਖੋੜ ਤੇ ਗਨਕਾ ਕਰਤ ਸ਼ਿੰਗਾਰ ਜੀ। ਜਿਵੇਂ ਚੰਗੇ ਘਰ ਦੀ ਨੌਂ ਸ਼ਿੰਗਾਰ ਕਰਦੀ ਆ, ਪਰ ਲੋਕ ਇੱਜ਼ਤ ਕਰਦੇ, ਮਾਣ ਕਰਦੇ, ਆਮ ਦੁਨਿਆਵੀ ਗੱਲ ਹੈ। ਦੂਸਰੇ ਪਾਸੇ ਉਹ ਤੋਂ ਵਧੀਆ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੀ ਬੇਸਵਾ ਸ਼ਿੰਗਾਰ ਕਰਦੀ, ਜਿੰਨੀ ਅੱਗ ਉਹਨੇ ਲਾਉਣੀ ਹੈ ਉਨੀ ਉਹ ਕੁਲਾਬਦੂ ਨਹੀਂ ਲਾ ਸਕਦੀ, ਉਹਨਾਂ ਉਹ ਕਰਦੀ ਨਹੀਂ ਜਿੰਨਾ ਕੁ ਉਹਨੇ ਕਰਨਾ ਹੈ। ਤਾਂ ਭਾਈ ਸਾਹਿਬ ਕਹਿੰਦੇ ਮੈਂ ਸਵਾਲ ਕਰਦਾ ਵੀ ਉਹੋ ਸ਼ਿੰਗਾਰ ਉਹਨੇ ਕੀਤੇ, ਉਹੋ ਸ਼ਿੰਗਾਰ ਉਹਨੇ ਕੀਤੇ, ਇੱਕ ਨੂੰ ਤੁਸੀਂ ਦੁਰਾਚਾਰਣੀ ਕਹਿੰਦੇ, ਬੇਸਵਾ ਕਹਿੰਦੇ, ਮਾੜੀ ਕਹਿੰਦੇ, ਇੱਕ ਤਾਂ ਤੁਸੀਂ ਸਤਿਕਾਰ ਕਹਿੰਦੇ, ਭੈਣ ਜੀ, ਬੀਬੀ ਜੀ, ਮਾਤਾ ਜੀ, ਆਓ ਜੀ, ਬੈਠੋ ਜੀ, ਫਰਕ ਕੀ ਹੋਇਆ? ਇਹਦੇ ਫਰਕ ਇਹ ਆ ਸੱਜਣਾ, ਉਹ ਇੱਕ ਦੇ ਨਾਲ ਆ, ਉਹਦਾ ਜੀਵਨ ਇੱਕ ਤੇ ਖੜਾ ਵਾ, ਬਾਕੀ ਤੇ ਸਭ ਕੁਝ ਸੇਮ ਹੀ ਹੈ। ਕੁਲਾ ਵਧੂ ਸਹਿਜਾ ਸਮੇਂ ਰਮੇ ਪਤਾਰ ਏਕ, ਇੱਕ ਦਾ ਸੰਗ ਕਰਦੀ ਤੇ ਬੇਸਵਾ ਤੋਂ ਅਨੇਕ ਸੇ, ਇੱਕ ਨਹੀਂ ਦੋ ਨਹੀਂ ਪਤਾ ਹੀ ਨਹੀਂ ਕਿੰਨੇ ਅਨੇਕ ਸਹਿ ਕਰਤ ਬਿਵਚਾਰ ਜੀ। ਤਾਂ ਇਸੇ ਪ੍ਰਕਾਰ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸਾਡੇ ਤੇ ਕਿਰਪਾ ਕਰਦੇ ਹੋਏ ਸਮਝਾਉਂਦੇ ਆ, ਸਾਨੂੰ ਸ਼ੁਭ ਮਤ ਦਿੰਦੇ ਵੀ ਜਿੰਨੇ ਮਰਜ਼ੀ ਜਿਹੜੀ ਔਰਤ ਆਪਣੇ ਪਤੀ ਦਾ ਸਤਿਕਾਰ ਨਹੀਂ, ਮਾਣ ਨਹੀਂ, ਉਹਦੇ ਨਾਲ ਨਹੀਂ ਜੁੜੀ, ਉਹਨੂੰ ਦਿੱਤਾ ਛੱਡ, ਉਹ ਭਾਵੇਂ ਲੱਖ ਗਹਿਣੇ ਪਾਵੇ, ਲੱਖ ਚੰਗੇ ਬਸਤਰ ਪਾਵੇ, ਸੁਰਮੇ ਪਾਵੇ, ਸੁਰਖੀ ਲਾਵੇ, ਜੋ ਮਰਜ਼ੀ ਕਰੇ ਅੱਡ ਅੱਡ ਫੈਸ਼ਨ, ਉਹ ਜਿੰਨੇ ਉਹਦੇ ਕੀਤੇ ਹੋਏ ਸ਼ਿੰਗਾਰ ਨੇ ਸਭ ਵਿਕਾਰ ਦਾ ਕਾਰਨ ਆ, ਹੋਰ ਕੱਖ ਨਹੀਂ, ਵਿਕਾਰ ਪੈਦਾ ਕਰਦੇ ਆ, ਮਨ ਮੈਲਾ ਕਰਦਾ ਹੈ। ਇਸੇ ਤਰ੍ਹਾਂ ਇਹ ਤੇ ਹੋ ਗਈ ਉਦਾਹਰਣ, ਜਿਹੜੇ ਬੰਦੇ ਪਰਮਾਤਮਾ ਨੂੰ ਛੱਡ ਕੇ, ਵਾਹਿਗੁਰੂ ਨੂੰ ਛੱਡ ਕੇ ਲੱਖ ਸੋਹਣੇ ਕੱਪੜੇ ਪਾਉਣ, ਲੱਖਾਂ ਤਰ੍ਹਾਂ ਦੇ ਖਾਣੇ ਖਾਣ, ਜੋ ਮਰਜ਼ੀ ਚੰਗਾ ਕਰਨ, ਚੰਗਾ ਪਾਉਣ, ਚੰਗਾ ਹਟਾਉਣ, ਜੇ ਰੱਬ ਦੇ ਨਾਲ ਨਹੀਂ ਨਾ ਜੜੇ ਜੁੜਿਆ ਤੇ ਮਹਾਰਾਜ ਕਹਿੰਦੇ ਕਿਸੇ ਕੰਮ ਨਹੀਂ। ਜਾਂ ਸਾਧਨਾ ਰੂਪੀ ਸ਼ਿੰਗਾਰ ਕਰ ਲੈਣ, ਫਿਰ ਹੋਰ ਕੀ ਹੈ?
ਸਾਧਨਾ ਰੂਪੀ ਸ਼ਿੰਗਾਰ ਮਹਾਂਪੁਰਖਾਂ ਨੇ ਏਡੇ ਸੋਹਣੇ ਦੱਸੇ ਵੈ, ਕਈ ਵਾਰੀ ਪੜ੍ਹ ਕੇ ਹੈਰਾਨ ਰਹਿ ਗਏ। ਉਹਨਾਂ ਦੇ ਇੱਕ ਇੱਕ ਚੀਜ਼ ਮਹਾਂਪੁਰਸ਼ਾਂ ਨੇ ਗਿਣਾਈ ਹੈ, ਵਿਦਿਆ ਮਾਰਤਨ, ਬ੍ਰਹਮ ਬੇਤੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਲੇ ਕਹਿੰਦੇ ਨੇ ਵੀ ਜਿਹੜਾ ਰੱਬ ਨਾਲ ਨਹੀਂ ਨਾ ਜੁੜਿਆ ਅਤੇ ਪਖੰਡ ਕਰੇ ਵੀ ਮੈਂ ਨੰਗੇ ਪੈਰੀ ਰਹਿਣਾ, ਇਹ ਸ਼ਿੰਗਾਰ ਕਰੇ ਸਾਧਨਾ ਦੇ, ਮੈਂ ਜੁੱਤੀ ਨਹੀਂ ਪਾਉਂਦਾ, ਮੈਂ 12 ਸਾਲ ਨੰਗੇ ਪੈਰੀ ਰਿਹਾ, ਇਹਦੇ ਰੱਬ ਨਹੀਂ ਖੁਸ਼ ਹੁੰਦਾ ਹੈ। ਤੀਰਥਾਂ 'ਤੇ ਫਿਰਦੇ ਰਹਿਣਾ, ਧਰਤੀ 'ਤੇ ਫਿਰਦੇ ਰਹਿਣਾ, ਜਾਂ ਦਿਸ਼ਾ ਦੇ ਕੱਪੜੇ ਪਹਿਨਣੇ, ਸਰਦੀ ਦਾ ਦੁੱਖ ਸਹਾਰਨਾ, ਗਰਮੀ ਦਾ ਦੁੱਖ ਸਹਾਰਨਾ, ਇਹ ਕੀ ਆ? ਕੱਪੜੇ ਰੰਗ ਬਿਰੰਗੇ, ਤਾਂ ਵੀ ਪ੍ਰਾਪਤੀ ਨਹੀਂ। ਜਾਂ ਫਿਰ ਸਾਧ ਸੰਗਤ ਜੀ, ਜਿਹੜਾ ਹੱਥਾਂ ਨਾਲ ਐਵੇਂ ਦਿਖਾਵਾ ਕਰਨਾ, ਦੇਣਾ ਕੁਝ ਨਹੀਂ, ਸੇਵਾ ਕੁਝ ਨਹੀਂ, ਰੱਬ ਪੈਸੇ ਹਰੇਕ ਨੂੰ ਦੇ ਦਿੰਦਾ, ਦਿਲ ਕਿੱਥੋਂ ਲਿਆਊਗਾ? ਦਿਲ ਨਹੀਂ ਦਿੰਦਾ ਕਿਸੇ, ਕਿਸੇ ਬਿਰਲੇ ਤੋਂ ਹੀ ਹੁੰਦਾ ਸੇਵਾ ਕਰਦਾ, ਮਾਇਆ ਸਭ ਤੋਂ ਹੁੰਦੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਐਵੇਂ ਦਿਖਾਵਾ ਕਰਦਾ ਵੀ ਮੈਂ ਬੜੀ ਸੇਵਾ ਕਰਨਾ, ਇਹ ਕੀ ਹੱਥਾਂ ਦੇ ਕੰਗਣ, ਇਹ ਸ਼ਿੰਗਾਰ ਕਰੇ? ਜਾਂ ਫਿਰ ਕਿਹੜੇ ਸ਼ਿੰਗਾਰ ਕਰੇ? ਮਹਾਰਾਜ ਜੀ ਨੇ ਤਾਂ ਸਾਰੇ ਗਿਣਾਏ, ਕਹਿੰਦੇ ਸਕਾਮ ਕਰਮਾਂ ਰੂਪ ਵੰਗਾ ਪਾਵੇ, ਬਗਲੇ ਵਾਂਗ ਅੱਖਾਂ ਮੀਜ ਕੇ ਬਹਿਣਾ ਏ ਛੱਲੇ ਪਾਵੇ। ਅਤੇ ਇੱਕ ਗੱਲ ਅਗਲੀ ਬੇਨਤੀ ਕਰਾਂ, ਬਾਹਰੋਂ ਬੜੇ ਚਿੱਟੇ ਕੱਪੜੇ ਪਾ ਪਾ ਕੇ ਵਿਖਾਵੇ, ਜਿਹਨੂੰ ਬਾਣੀ ਨੇ ਲਿਖਿਆ ਨਾ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ, ਇਹੋ ਜਿਹੇ ਸ਼ਿੰਗਾਰ ਕਰੇ। ਜਾਂ ਮਹਾਂਪੁਰਖ ਕਹਿੰਦੇ ਗਿਆਨ ਧਿਆਨ ਦੀਆਂ ਗੱਲਾਂ ਸੁਣਾਵੇ, ਗੱਲਾਂ ਬੜੀਆਂ ਉੱਚੀਆਂ ਕਰੇ, ਉੱਚੀਆਂ ਇੰਨੀਆਂ ਉੱਚੀਆਂ ਵੀ ਬੱਲੇ ਬੱਲੇ ਵੀ ਇਹ ਤੇ ਰੱਬ ਨਾਲ ਇੱਕ ਹੀ ਆ, ਗੱਲਾਂ ਇੰਨੀਆਂ ਉੱਚੀਆਂ ਕਰੇ। ਪੁਰਾਣੇ ਸਮੇਂ ਨਾ, ਅੱਜ ਕੱਲ੍ਹ ਤੇ ਆ ਕੀ ਮਾਊਥ ਫਰੈਸ਼ਨਰ ਦੂਜਾ ਤੀਜਾ ਹੁੰਦਾ, ਪੁਰਾਣੇ ਸਮੇਂ ਜਿਹੜੀਆਂ ਔਰਤਾਂ ਸੀ ਨਾ, ਇਹ ਪਾਨ ਚੱਪਦੀਆਂ ਹੁੰਦੀਆਂ ਸੀ, ਪਾਨ ਜਿਹਦਾ ਬਾਣੀ ਵਿੱਚ ਜ਼ਿਕਰ ਆਇਆ। ਮਹਾਰਾਜ ਕਹਿੰਦੇ ਪਾਨ ਸੁਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਤਾਂ ਗਿਆਨ ਧਿਆਨ ਮਹਾਂਵਾਕ ਰੂਪ ਪਾਨ ਚੱਬੇ, ਜਾਂ ਫਿਰ ਮੂੰਹੋਂ ਮਿੱਠੇ ਬਚਨ ਬੋਲੇ ਤੇ ਦਿਲ ਵਿੱਚ ਕਪਟ ਹੋਵੇ, ਇਹ ਕਿਹੜਾ ਸ਼ਿੰਗਾਰ ਆ ਬਈ? ਇਹਨੂੰ ਬਾਈਬਲ ਦੇ ਵਿੱਚ ਸ਼ਾਇਦ ਲਿਖਿਆ ਇੱਕ ਜਗ੍ਹਾ, ਹਜ਼ਰਤ ਈਸਾ ਮਸੀਹ ਕਹਿੰਦੇ ਮੈਨੂੰ ਉਹ ਬੰਦੇ ਬਿਲਕੁਲ ਪਸੰਦ ਨਹੀਂ ਜਿਹੜੇ ਚੋਪੜੇ ਬੁੱਲਾਂ ਵਾਲੇ ਨੇ। ਇਹ ਕੀ ਲਾਉਣੀ? ਸੁਰਖੀ ਲਾਉਣੀ, ਇਹੋ ਜਿਹਾ ਕਪਟ ਕਰੇ, ਮਨ 'ਚ ਕੁਝ ਹੋਰ ਹੋੜਾ, ਮੂੰਹ 'ਤੇ ਕੁਝ ਹੋਰ ਹੋੜਾ। ਜਿਵੇਂ ਮਹਾਰਾਜ ਜੀ ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਕੰਨ ਮਸੱਲਾ ਸੂਫ ਗੱਲ, ਮੋਢੇ 'ਤੇ ਮਸੱਲਾ ਧਰੀ ਫਿਰਦਾ ਵਾ, ਗਲ ਦੇ ਵਿੱਚ ਸੂਫ ਦੀ ਖਫਣੀ ਪਾਈ ਫਿਰਦਾ ਵਾ, ਕਾਲੇ ਕੱਪੜੇ ਪਾਈ ਫਿਰਦਾ ਵੀ ਮੈਂ ਤਾਂ ਦੁਨੀਆ ਤੋਂ ਮਰਿਆ, ਦੁਨੀਆ ਮੇਰੇ ਵਾਸਤੇ ਮਰੀ ਫਕੀਰੀ, ਕਾਲੇ ਰੰਗ ਦੇ ਕੱਪੜੇ ਪਾਈ ਫਿਰਦਾ। ਫਰੀਦਾ ਕੰਨ ਮਸੱਲਾ ਸੂਫ ਗੱਲ, ਦਿਲ ਕਾਤੀ ਗੁੜਵਾਤ, ਮੂੰਹ ਦੇ ਵਿੱਚ ਜ਼ਬਾਨ ਅਤੇ ਗੋੜਾ ਅਤੇ ਦਿਲ ਦੇ ਵਿੱਚ ਕੈਂਚੀ ਰੱਖੀ ਫਿਰਦਾ ਫੇਰਨ, ਉੱਤੋਂ ਰੱਬ ਦੇ ਕੱਪੜੇ ਪਾਏ, ਫਕੀਰਾਂ ਵਾਲੇ ਕੱਪੜੇ ਪਾਏ।
ਮੂੰਹ ਤੋਂ ਏਟੀਆਂ ਮਿੱਠੀਆਂ ਗੱਲਾਂ ਕਰਦਾ ਜੀ, ਕਹਿੰਦੇ ਜਿੱਦਾਂ ਗੋੜੀ ਰੱਖਿਆ ਇਹਦੇ ਜ਼ਬਾਨ ਤੇ ਕੈਂਚੀ ਉਹ ਫੇਰਦਾ ਕਿਤੇ ਰਹਿ ਰੱਬ ਦਾ ਨਾ ਕਹਿੰਦੇ। ਫਰੀਦਾ ਕੰਨ ਮਸੱਲਾ ਸੂਫ ਗੱਲ ਦਿਲ ਕਾਤੀ ਗੁੜਬਾਤ ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ। ਬਾਹਰੋਂ ਤੇ ਏਡਾ ਸੋਹਣਾ ਲੱਗਦਾ ਪਰ ਅੰਦਰ ਹਨੇਰਾ ਹੀ ਹਨੇਰਾ ਹੈ, ਬਾਹਰ ਚਾਨਣ ਹੀ ਚਾਨਣ ਤੇ ਅੰਦਰੋਂ ਹਨੇਰਾ ਹੀ ਹਨੇਰਾ ਹੈ। ਤਾਂ ਇਹ ਸ਼ਿੰਗਾਰ ਕਰੇ ਸ਼ਾਸਤਰਾਂ ਦੇ ਵਿੱਚ ਬੜਾ ਚਤਰ ਹੋਵੇ, ਗ੍ਰੰਥ ਪੜ੍ਹਨਾ ਵਿੱਚ ਇਹ ਸੁਰਮਾ ਪਾਵੇ। ਸੰਤਾਂ ਨੇ ਤੇ ਕਮਾਲ ਹੀ ਕੀਤੀ ਬਈ, ਆ ਤਾਂ ਜਿੰਨੇ ਮੈਨੂੰ ਚੇਤੇ ਰਹੇ ਉਨੇ ਕੇ ਸੁਣਾਉਂਦਾ ਪਿਆ, ਉਹਨਾਂ ਤੇ ਇੱਕ ਇੱਕ ਚੀਜ਼ ਗਿਣਾ ਦਿੱਤੀ। ਮੱਥੇ ਤੇ ਟਿੱਕਾ ਲਾਉਣਾ, ਤਰਾਟਕ ਸਾਧਨਾ ਕਰੇ, ਨਿਸ਼ਾਨ ਲਾ ਕੇ ਉਹਦੇ 'ਚ ਨਿਗਾਹ ਟਿਕਾਵੇ, ਫਿਰ ਸਮੋਹਨ ਦੀ ਸ਼ਕਤੀ ਪੈਦਾ ਕਰੇ, ਇਹੋ ਜਿਹੀਆਂ ਗੱਲਾਂ ਕਰੇ। ਜਿਹੜੀਆਂ ਜਟਾ ਬਣਾਉਣੀਆਂ ਇਹ ਸਿਰ ਦੇ ਵਾਲ ਬਣਾਉਣੇ, ਕਦੀ ਕਿਸੇ ਤਰ੍ਹਾਂ ਦੇ ਕਦੀ ਕਿਸੇ ਤਰ੍ਹਾਂ ਦੇ, ਇਹ ਸਾਰੇ ਕਰੇ। ਜਿਵੇਂ ਮਹਾਰਾਜ ਜੀ ਕਹਿੰਦੇ, ਕਰ ਆਭਰਣ ਸਵਾਰੀ ਸੇਜਾ, ਕਾਮਨ ਥਾਟ ਬਣਾਇਆ। ਕਾਮਣ ਇਸਤਰੀ ਨੇ ਨਹਾ ਧੋ ਕੇ ਸ਼ਿੰਗਾਰ ਕੀਤੇ, ਸਭ ਕੁਝ ਕੀਤਾ, ਸੰਗ ਨਾ ਪਾਇਓ ਆਪਣੇ ਭਰਤੇ, ਪੇਖ ਪੇਖ ਦੁੱਖ ਪਾਇਆ। ਪਰ ਭਰਤਾ ਪ੍ਰਾਪਤ ਨਹੀਂ ਹੋਇਆ, ਘਰ ਵਾਲਾ ਆਇਆ ਨਹੀਂ, ਮਲਾਪ ਹੋਇਆ ਨਹੀਂ, ਤੇ ਉਹ ਸ਼ਿੰਗਾਰ ਕੀਤੇ ਹੋਏ ਸਭ ਨਿਸਫਲ ਚਲੇ ਗਏ। ਜਿਵੇਂ ਬਾਬਾ ਜੀ ਕਹਿੰਦੇ, ਮਹਾਰਾਜ ਕਹਿੰਦੇ, ਨਹਾਤੀ ਧੋਤੀ ਸੰਭਵੀ, ਸੁੱਤੀ ਆਏ ਨਚਿੰਦ, ਫਰੀਦਾ ਰਹੀ ਸੋ ਬੇੜੀ ਹਿੰਗਦੀ ਗਈ ਕਥੂਰੀ ਗੰਧ। ਤਾਂ ਇਹੋ ਜਿਹੇ ਪਵਿੱਤਰ ਬਚਨ ਬਾਣੀ ਕਹਿੰਦੀ। ਤਾਂ ਜਿਹੜੀ ਔਰਤ ਆਪਣੇ ਪਤੀ ਦੇ ਨਾਲ ਨਹੀਂ, ਭਰਤਾ ਨਹੀਂ ਮੰਨਦੀ, ਉਹ ਲੱਖਾਂ ਸ਼ਿੰਗਾਰ ਕਰਕੇ ਜਿੱਥੇ ਮਰਜ਼ੀ ਤੁਰੀ ਫਿਰੇ, ਉਹ ਦੁਰਾਚਾਰਣੀ ਅਖਵਾਉਂਦੀ। ਜਿਹੜਾ ਸਿੱਖ ਆਪਣੇ ਗੁਰੂ ਦਾ ਨਹੀਂ ਨਾ ਬਣਿਆ, ਭਾਵੇਂ ਉਹਦੇ ਕੋਲ ਪਹਿਨਣ ਵਾਸਤੇ ਕੱਪੜੇ ਹੋਣ, ਖਾਣ ਵਾਸਤੇ ਜੋ ਮਰਜ਼ੀ ਹੋਵੇ, ਰਹਿਣ ਵਾਸਤੇ ਮਹਿਲ ਮਾੜੀਆਂ ਹੋਣ, ਚੜ੍ਹਨ ਵਾਸਤੇ ਸਵਾਰੀਆਂ ਹੋਣ, ਕਰੋੜਾਂ ਰੁਪਈਆ ਹੋਵੇ, ਉਹ ਕਿਸੇ ਕੰਮ ਨਹੀਂ ਆਉਂਦਾ ਜਿੰਨੇ ਆਪਣੇ ਗੁਰੂ ਦੇ ਚਰਨ ਨਹੀਂ ਫੜੇ ਹਨ। ਤਾਂ ਮਹਾਰਾਜ ਕਹਿੰਦੇ, ਉਹਨਾਂ ਦਾ ਮੁਕਤੀ ਰੂਪ ਕੰਮ ਨਹੀਂ ਬਣਦਾ ਕਦੀ ਵੀ। ਜਿੱਤ ਦਿਨ ਦੇਹ ਬੰਸ ਸੀ, ਤਿਤ ਵੇਲੇ ਕੈਸਨ ਪ੍ਰੀਤ। ਜਿਸ ਸਰੀਰ ਨੂੰ, ਜਿਸ ਦੇਹ ਨੂੰ ਚੰਗੇ ਕੱਪੜੇ ਪਾਉਣਾ ਵਾ, ਚੰਗੇ ਗਹਿਣੇ ਪਾਉਣਾ, ਚੰਗੀਆਂ ਸੁਗੰਧੀਆਂ ਲਾਉਣਾ ਨਾ ਜਿਸ ਸਰੀਰ 'ਤੇ, ਜਿਸ ਸਰੀਰ ਦਾ ਇੰਨਾ ਮਾਣ ਕਰਦਾ, ਜਿੱਦਣ ਇਹ ਖਤਮ ਹੋ ਗਿਆ, ਜਿੱਦਣ ਇਹ ਸਵਾਸ ਇਹਦੇ ਵਿੱਚੋਂ ਚਲੇ ਗਏ, ਜਿਹੜੇ ਤੇਰੇ ਸੱਜਣ ਮਿੱਤਰ ਭੈਣ ਭਰਾ ਪਰਿਵਾਰ ਆ, ਉਹਨਾਂ ਨੇ ਤੈਨੂੰ ਪ੍ਰੀਤ ਕਹਿਣਾ। ਨੌਵੇਂ ਪਾਤਸ਼ਾਹ ਨੇ ਦੱਸਿਆ ਨਾ, ਸਭ ਕੁਛ ਜੀਵਤ ਕੋ ਵਿਵਹਾਰ, ਸਭ ਗੱਲਾਂ ਜਿਉਂਦਿਆਂ ਦੀਆਂ, ਮਰੇ ਨਾਲ ਕੋਈ ਨਹੀਂ ਹੁੰਦੀ, ਸਭ ਪ੍ਰੇਮ ਸਨੇਹ ਜਿਉਂਦੇ ਆ। ਤਾਂ ਕਿ ਮਾਤ ਪਿਤਾ ਭਾਈ ਸੁੱਤ ਬੰਧਪ ਅਰ ਫੁੱਲ ਗ੍ਰਹਿ ਕੀ ਨਾਰ, ਸਭ ਤੋਂ ਨੇੜੇ ਦੇ ਰਿਸ਼ਤੇ ਇਹ ਮੰਨੇ ਜਾਂਦੇ। ਬੰਦਾ ਕਿਸੇ ਦੀ ਰਹਿ ਨਾ ਮੰਨੇ, ਮਾਂ ਪਿਓ ਦੀ ਬੰਨੂਗਾ, ਕਿ ਉਹਨੂੰ ਪਤਾ ਵੀ ਇਹ ਮੇਰਾ ਮਾੜਾ ਨਹੀਂ ਕਦੀ ਕਰ ਸਕਦਾ, ਮੈਂ ਭਾਵੇਂ ਮਾੜਾ ਹੋ ਜਾ, ਇਹ ਨਹੀਂ ਮਾੜੇ ਹੋਣਗੇ ਕਦੇ।
ਤਾਂ ਮਾਤਾ ਪਿਤਾ ਤੋਂ ਨੇੜੇ ਵੱਧ ਤੇ ਕੋਈ ਨਹੀਂ, ਘਰ ਵਾਲੀ ਤੋਂ ਵੱਧ ਕੋਈ ਨਹੀਂ। ਮਹਾਰਾਜ ਕਹਿੰਦੇ ਸਭ ਤੋਂ ਜਿਹੜੇ ਤੇਰੇ ਨੇੜੇ ਵਾਲੇ ਆ ਇਹਨਾਂ ਹੀ ਕਹਿਣਾ ਪ੍ਰੇਤ ਦੇ, ਡਰ ਆਉਣਾ ਤੇਰੇ ਕੋਲ। ਜਿਵੇਂ ਮਹਾਰਾਜ ਜੀ ਕਹਿੰਦੇ ਘਰ ਕੀ ਨਾਰ ਬਹੁਤ ਹਿੱਤ ਜਾਸਿਓ ਸਦਾ ਰਹਿਤ ਸੰਗ ਲਾਗੀ। ਕਹਿੰਦਾ ਮੇਰੇ ਬਿਨਾਂ ਬਚਦੀ ਨਹੀਂ, ਜਿੰਨਾ ਚਿਰ ਮੈਂ ਘਰੇ ਨਾ ਆਵਾਂ ਰੋਟੀ ਨਹੀਂ ਖਾਂਦੀ। ਇੰਨਾ ਪ੍ਰੇਮ ਆ ਸਾਡਾ ਦੋਵਾਂ ਜੀਆਂ ਦਾ। ਮਹਾਰਾਜ ਕਹਿੰਦੇ ਵੀ ਇੱਕ ਮੋਹ ਦੇ ਪ੍ਰਬਲ ਅਵਸਥਾ ਵਾ, ਪਰ ਅਸਲ ਗੱਲ ਇਹ ਆ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਗ। ਜਾਂ ਫਿਰ ਪ੍ਰੇਤ ਦਾ ਮਤਲਬ ਕੀ ਹੁੰਦਾ? ਪ੍ਰੇਤ ਵੈਸੇ ਪ੍ਰੇਤ ਨਾਮ ਰੂਹ ਦਾ ਵਾ, ਜਿਹੜੀ ਚੀਜ਼ ਸਰੀਰ ਵਿੱਚੋਂ ਨਿਕਲ ਜਾਂਦੀ ਉਹਨੂੰ ਗਰੜ ਪ੍ਰਾਣ ਦੇ ਵਿੱਚ ਪ੍ਰੇਤ ਆਖਿਆ, ਆਤਮਾ ਨੂੰ ਪ੍ਰੇਤ ਕਿਹਾ ਗਿਆ। ਜਾਂ ਫਿਰ ਪ੍ਰੇਤ ਦਾ ਅਰਥ ਆ ਅਪਵਿੱਤਰ। ਜਦੋਂ ਬੰਦੇ ਦੀ ਮੌਤ ਹੁੰਦੀ ਹੈ ਤੇ ਜਿਸ ਸਰੀਰ ਨੂੰ ਤੂੰ ਸੁਗੰਧੀਆਂ ਲਾਉਂਦਾ ਉਹਨੂੰ ਬਹੁਤਾ ਚਿਰ ਰੱਖਿਆ ਨਹੀਂ ਜਾ ਸਕਦਾ, ਉਹ ਅਪਵਿੱਤਰ ਹੋ ਜਾਂਦਾ, ਉਹਦੇ ਵਿੱਚੋਂ ਦੁਰਗੰਧੀ ਆਉਂਦੀ ਹੈ। ਕਰਪੂਰ ਪੁਹਪ ਸੁਗੰਧਾ ਪਰਸ ਮਾਨੁੱਖ ਦੇਹ ਮਲੀਨ, ਮੱਝਾ ਰੁਦਰ ਦੁਰਗੰਧਾ ਨਾਨਕ ਅੱਥ ਗਰਬੇਣ ਅਗਿਆਨਣੋ। ਤਾਂ ਉਹ ਸਰੀਰ ਫਿਰ ਅਪਵਿੱਤਰ ਹੋ ਜਾਂਦਾ ਹੈ, ਉਹਦੇ ਵਿੱਚੋਂ ਬੋ ਆਉਣ ਲੱਗ ਪੈਂਦੀ, ਦੁਰਗੰਧੀ ਆਉਣ ਲੱਗ ਪੈਂਦੀ। ਤਾਂ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਜਪਣ ਤੋਂ ਬਿਨਾਂ ਇਸ ਜੀਵ ਦੀ ਇਹ ਹਾਲਤ ਹੁੰਦੀ ਹੈ। ਸਤਿਗੁਰੂ ਜੀ ਦੱਸਦੇ ਹਨ, ਅਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ। ਜਦੋਂ ਜਮ ਦੇ ਦੂਤ, ਜਦੋਂ ਮੌਤ ਦੇ ਫਰਿਸ਼ਤੇ ਦੇ ਸੇਵਕ ਇਸ ਸਰੀਰ ਦੇ ਵਿੱਚੋਂ ਰੂਹ ਨੂੰ ਖਿੱਚ ਕੇ ਕੱਢਦੇ ਹਨ, ਪਕੜ ਕੇ ਲੈ ਕੇ ਜਾਂਦੇ ਨੇ, ਉਹ ਕਿਸੇ ਨੂੰ ਪਹਿਲਾਂ ਭੇਤ ਸੁਨੇਹਾ ਨਹੀਂ ਦਿੰਦੇ ਵੀ ਅਸੀਂ ਆਉਣ ਲੱਗੇ, ਤੂੰ ਤਿਆਰ ਰਹੀ, ਤਿਆਰੀ ਰੱਖੀ, ਤੈਨੂੰ ਲੈ ਕੇ ਜਾਣਾ ਹੈ। ਸਾਰੀ ਦੁਨੀਆ ਕੰਮ ਵਿੱਚ ਛੱਡ ਕੇ ਜਾਵੇ, ਅਧੂਰੇ ਛੱਡ ਕੇ ਜਾਵੇ। ਬਾਣੀ ਨੇ ਇਸ ਗੱਲ 'ਤੇ ਬੜਾ ਜ਼ੋਰ ਦਿੱਤਾ, ਕਹਿੰਦੇ ਕਿਸੇ ਨੂੰ ਖਬਰ ਨਹੀਂ ਹੋਣੀ, ਕਿਸੇ ਐਸੀ ਅਵਸਥਾ ਬਣ ਜਾਂਦੀ ਹੈ। ਸਤਿਗੁਰੂ ਕਹਿੰਦੇ ਧੰਨ ਗੁਰੂ ਨਾਨਕ ਦੇਵ ਸਾਹਿਬ ਜਿਨ੍ਹਾਂ ਦੇ ਨਾਂ 'ਤੇ ਪਵਿੱਤਰ ਸਥਾਨ ਬਣਿਆ ਹੈ। ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ। ਵਪਾਰੀ ਮਿੱਤਰਾ ਵਪਾਰੀ ਸੱਜਣਾ ਜਿੱਦਣ ਤੈਨੂੰ ਫੜ ਕੇ ਲੈ ਕੇ ਗਏ ਕਿਸੇ ਨੂੰ ਖਬਰ ਤੱਕ ਨਹੀਂ ਹੋਣੀ। ਇੱਕ ਮੇਰਾ ਸੱਜਣ, ਮੇਰਾ ਉਹਦੇ ਨਾਲ ਬਹੁਤ ਪ੍ਰੇਮ, ਅਸੀਂ ਇਕੱਠੇ ਪੜ੍ਹਦੇ ਰਹੇ। ਅੱਜ ਮੈਨੂੰ ਉਹਦਾ ਫੋਨ ਆਇਆ ਵੀ ਪਿਤਾ ਜੀ ਚੜ੍ਹਾਈ ਕਰ ਗਏ। ਪਰਸੋਂ ਦੀ ਗੱਲ ਹੈ ਤੇ ਅੱਜ ਪਤਾ ਲੱਗਾ, ਪੁੱਛਿਆ ਵੀ ਕਿੱਦਾਂ ਕਰ ਗਏ। ਬੜਾ ਪ੍ਰੇਮ ਹੈ ਮੇਰਾ। ਉਹਨੇ ਫਿਰ ਦੱਸੀ ਗੱਲ ਵੀ ਵਿੱਚੋਂ ਗੱਲ ਤੇ ਆ ਸੀ, ਤੇ ਫਿਰ ਕਹਿੰਦੇ ਵੀ ਦੁੱਧ ਪੀਣਾ ਵਾ, ਅਸੀਂ ਆਖਿਆ ਵੀ ਹੋਰ ਕੁਝ ਪੀਣਾ ਨਹੀਂ, ਕਹਿੰਦੇ ਦੁੱਧ ਪਿਆ ਦੋ। ਤੇ ਮਾਤਾ ਮੇਰੀ ਨੂੰ ਕਹਿਣ ਲੱਗੇ ਮੇਰੀ ਪਿੱਠ ਦੁਖਦੀ ਆ, ਘੁੱਟ ਬੜਾ ਜਿਹਾ।
ਬਾਪੂ ਨੇ ਪਿਤਾ ਨੇ ਆਉਣ ਨੂੰ ਮੂੰਹ ਕਰ ਲਿਆ, ਮਾਂ ਲਾਗੇ ਬੈਠੀ ਹੈ, ਹੱਥਾਂ ਨਾਲ ਘੁੱਟਦੀ ਪਈ ਹੈ। ਜਦੋਂ ਵਾਹਵਾ ਚ ਰੈ ਨੂੰ ਮੂੰਹ ਨਹੀਂ ਫੇਰਿਆ, ਉਦੋਂ ਪਤਾ ਲੱਗੇ ਵੀ ਚੜਾਈ ਕਰ ਗਏ ਇਤੋਂ ਨੇੜੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸਤਰੀ ਪਾਸ ਖੜੀ ਰਹਿ ਜਾਵੇਗੀ, ਨਵਜਾਂ ਹੱਥ ਚ ਫੜੀਆਂ ਰਹਿ ਜਾਣਗੀਆਂ, ਭੈਣ ਭਰਾ ਤੇਰਾ ਘੇਰਾ ਘੱਤੀ ਖੜੇ ਰਹਿ ਜਾਣਗੇ। ਉਦੋਂ ਇਹ ਪਤਾ ਲੱਗਣਾ ਹੈ ਜਦੋਂ ਇਹ ਸ਼ਬਦ ਆਉਣਗੇ, ਨਬਜ ਖੜ ਗਈ, ਸਵਾਸ ਖੜ ਗਏ, ਤਾਂ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਸੱਜਣਾ ਤੇਰੇ ਨਾਲ ਜਾਣਾ ਕਿਸੇ ਦੇ ਨਹੀਂ, ਮਰਦਾ ਕਿਸੇ ਦੇ ਨਹੀਂ। ਇਸ ਕਰਕੇ ਵਾਹਿਗੁਰੂ ਦਾ ਨਾਮ ਜਪ, ਸਿਮਰਤ ਕਰ, ਕਮਾਈ ਕਰ, ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉਂ ਲੱਗਾ ਹੀਤ। ਤੇ ਜਿਨ੍ਹਾਂ ਦੇ ਨਾਲ ਤੂੰ ਸਾਰੀ ਉਮਰ ਹਿੱਤ ਕਰਦਾ ਰਿਹਾ, ਉਹ ਕੌਣ ਨੇ? ਤੇਰੇ ਸੰਬੰਧੀ ਪੁੱਤਰ ਧੀਆਂ ਕਿੰਨਾ ਪਿਆਰ ਕਰਦਾ ਇਹਨਾਂ ਨਾਲ, ਉਹ ਇਹ ਤੱਕ ਨਹੀਂ ਕਹਿਣ ਦਿੰਦਾ ਕਿਸੇ ਨੂੰ। ਜਿਨ੍ਹਾਂ ਦੀ ਪਾਲਣਾ ਪੋਸ਼ਣਾ ਵਾਸਤੇ ਰਾਤ ਦਿਨ ਦੁਖੀ ਹੋ ਕੇ ਚੋਰੀਆਂ ਕੀਤੀਆਂ, ਠੱਗੀਆਂ ਮਾਰੀਆਂ, ਧੋਖੇ ਕੀਤੇ, ਛਲ ਵੱਲ ਕਪਟ ਕੀਤੇ, ਉਹ ਪਿਆਰੇ ਸੰਬੰਧੀ ਜਿਨ੍ਹਾਂ ਨਾਲ ਸਾਰੀ ਉਮਰ ਦਾ ਪਿਆਰ ਸੀ, ਅੱਜ ਇੱਕ ਸਕਿੰਟ 'ਚ ਟੁੱਟ ਗਿਆ, ਇੱਕ ਸਕਿੰਟ ਦੇ ਵਿੱਚ ਹੀ ਪਾਸੇ ਹੋ ਗਏ ਸਾਰੇ। ਜਦੋਂ ਸਵਾਸ ਨਿਕਲ ਗਏ, ਸਾਰੇ ਛੱਡ ਕੇ ਪਾਸੇ ਖੜੇ ਹੋ ਜਾਂਦੇ। ਇਸੇ ਕਰਕੇ ਨੌਵੇਂ ਪਾਤਸ਼ਾਹ ਕਹਿੰਦੇ ਅਸੀਂ ਇੱਕ ਗੱਲ ਤੁਹਾਨੂੰ ਸੱਚੀ ਕਹਿੰਦੇ ਹਾਂ ਵੀ ਦੁਨੀਆਂ ਦਾ ਪਿਆਰ ਝੂਠਾ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸੋ ਸਭ ਲਾਗੇ ਕਿਆ ਦਾਰਾ ਕਿਆ ਮੀਤ। ਜਾਂ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਬਾਣੀ ਦੇ ਅੰਦਰ, ਬਹੁਤ ਪ੍ਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਗਰੀਬ ਨਵਾਜ ਤੇ ਜਗ੍ਹਾ ਜਗ੍ਹਾ ਸਾਨੂੰ ਸਮਝਾਉਂਦੇ, ਪਰ ਕਰੀਏ ਕੀ, ਅਸੀਂ ਹੁਣ ਪੱਥਰ ਬਣ ਗਏ, ਸਾਡੇ ਤੇ ਅਸਰ ਨਹੀਂ ਪੈਂਦਾ। ਤਾਂ ਮਹਾਰਾਜ ਜੀ ਸੱਚੇ ਪਾਤਸ਼ਾਹ ਉਹ ਅਖੀਰਲੀ ਅਵਸਥਾ ਦੱਸਦੇ ਹਨ ਇਸ ਬੰਦੇ ਦੀ, ਹੱਥ ਮਰੋੜੈ ਤਨ ਕਪੇ ਸਿਆਹ ਹੋਆ ਸੇਤ। ਕਹਿੰਦੇ ਜਵਾਨੀ ਦੇ ਵਿੱਚ ਇਹਦੇ ਨਾ ਮਹਾਂਪੁਰਖਾਂ ਨੇ ਕਈ ਅਰਥ ਕੀਤੇ ਨੇ, ਤੇ ਸਾਰੇ ਕਮਾਲ ਹੀ ਕਮਾਲ, ਇੰਨੇ ਰਾਸ ਹਾਲ। ਕਹਿੰਦੇ ਜਦੋਂ ਜਵਾਨੀ ਸੀ ਨਾ, ਤੁਹਾਨੂੰ ਪਤਾ ਜਵਾਨੀ 'ਚ ਜੋਸ਼ ਬੜਾ ਹੁੰਦਾ ਵਾ, ਤਾਕਤ ਬੜੀ ਹੁੰਦੀ, ਹੋਸ਼ ਤੇ ਚਲੋ ਹੁੰਦੀ ਨਹੀਂ ਕਿਸੇ ਨੂੰ। ਜਵਾਨੀ ਅਵਸਥਾ ਵਿੱਚ ਹੱਥਾਂ ਨੂੰ ਮਰੋੜਦਾ ਸੀ, ਇਹ ਮੇਰੇ ਬਰਾਬਰ ਹੈ ਹੀ ਕੋਈ ਨਹੀਂ, ਅਗਲੇ ਨੇ ਹੱਥ ਮਲਾਉਣਾ, ਹੱਥ ਹੀ ਘੁੱਟ ਸੁੱਟਣਾ ਉਹਦਾ, ਫੜ ਕੇ ਬਾਂਹ ਹੀ ਮਰੋੜ ਸੁੱਟਣੀ ਉਹਦੀ, ਜਾਂ ਬਾਹਾਂ ਆਪਣੀਆਂ ਮਰੋੜਣੀਆਂ ਵੀ ਆ ਮੇਰੇ ਨਾਲ ਹੋ ਸਿੱਧਾ ਘੁਲ ਕੇ ਵੇਖ। ਜਿਹੜਾ ਜਵਾਨੀ ਦੇ ਵਿੱਚ ਬੜਾ ਮਾਣ ਕਰਦਾ ਸੀ ਨਾ, ਨੱਚਦਾ ਟੱਪਦਾ ਸੀ ਤੇ ਕਾਲਾ ਦਾਗ ਤੱਕ ਨਹੀਂ ਸੀ ਲੱਗਣ ਦਿੰਦਾ ਆਪਣੇ ਤੇ, ਅੱਜ ਕਿੱਦਾਂ ਦੀ ਹਾਲਤ ਹੋ ਗਈ ਹੈ। ਜਿਹੜਾ ਬੜਾ ਚਿੱਟਾ ਬਣ ਬਣ ਕੇ ਦਿਖਾਉਂਦਾ ਸੀ ਦੁਨੀਆਂ ਨੂੰ, ਉੱਜਲ ਬਸਤਰ ਪਹਿਨਦਾ ਸੀ,
ਉਹਦੀ ਹਾਲਤ ਕੀ ਹੋ ਗਈ ਹੈ? ਮਹਾਰਾਜ ਕਹਿੰਦੇ ਜਦੋਂ ਪ੍ਰਾਣ ਪੰਖੇਰੂ ਉੱਡ ਗਏ ਤੇ ਮੂੰਹ ਉਹਦਾ ਅੱਜ ਕਾਲਾ ਹੋ ਚੁੱਕਾ ਹੈ। ਜਾਂ ਫਿਰ ਸੰਤਾਂ ਨੇ ਅਰਥ ਕੀਤਾ, ਕਹਿੰਦੇ ਜਦੋਂ ਬੰਦਾ ਬੁੱਢਾ ਹੋ ਜਾਂਦਾ, ਕਮਜ਼ੋਰ ਹੋ ਜਾਂਦਾ ਹੈ, ਫਿਰ ਹੱਥਾਂ ਨੂੰ ਮਰੋੜਦਾ ਵੀ ਮੇਰੇ 'ਚ ਤਾਕਤ ਕੋਈ ਨਹੀਂ, ਤਬ ਤੇਰੀ ਯੋਗ ਕੋਈ ਪਾਣੀ ਹੋ ਨਾ ਪਾ, ਪਾਣੀ ਦੀ ਘੁੱਟ ਕਿਸੇ ਨੇ ਤੈਨੂੰ ਨਹੀਂ ਦੇਣੀ। ਤਾਂ ਜਦੋਂ ਬੁੱਢਾ ਹੋ ਜਾਂਦਾ, ਬਲ ਨਹੀਂ ਰਹਿੰਦਾ, ਫਿਰ ਕੀ ਕਹਿੰਦਾ, ਕੰਮ ਨਹੀਂ ਹੁੰਦਾ, ਤਨ ਕੱਪੈ ਸਰੀਰ ਕੰਬੀ ਜਾਂਦਾ ਹੈ, ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆ ਜੀਵਣਾ ਭੀ ਤਨ ਹੋ ਸੀ ਖੇ, ਐਸੀ ਹਾਲਤ ਬਣ ਜਾਂਦੀ। ਜਾਂ ਮਹਾਂਪੁਰਖ ਅਰਥ ਕਰਦੇ, ਕਮਾਲ ਹੀ ਕਰੀ ਜਾਂਦੇ, ਕਪਾਟ ਖੁੱਲ੍ਹੇ ਸੀ ਉਹਨਾਂ ਮਹਾਂਪੁਰਖਾਂ ਦੇ, ਸਤਿਪੁਰਖਾਂ ਦੇ। ਕਹਿੰਦੇ ਜਦੋਂ ਮੌਤ ਦਾ ਸਮਾਂ ਆਉਂਦਾ ਤੇ ਸਰੀਰ ਨੂੰ ਤੋੜ ਕੇ ਮਰੋੜ ਕੇ ਇਹਦੇ ਵਿੱਚੋਂ ਜਿੱਦ ਨੂੰ ਕਪੇ ਨਾਮ ਵੱਢ ਲਈਦਾ, ਕੱਢ ਲਈਦਾ, ਜਿਹਨੂੰ ਬਾਬਾ ਜੀ ਕਹਿੰਦੇ ਨੇ ਜਿੱਤ ਦਿਹਾੜੇ ਧਨਵਰੀ, ਸਾਹੇ ਲਿਖੇ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ, ਜਿੱਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ। ਜਿਹਨੂੰ ਰੋਕਣ ਦਾ ਕਹਿੰਦੇ ਬੜਾ ਯਤਨ ਕੀਤਾ, ਚਿੱਟਿਆਂ ਨੂੰ ਕਾਲਾ ਕੀਤਾ, ਬੜਾ ਕੁਝ ਕੀਤਾ ਵੀ ਸ਼ਾਇਦ ਇਹ ਕਿਸੇ ਤਰ੍ਹਾਂ ਰੋਕ ਹੀ ਜਾਵੇ, ਪਰ ਕਿੱਥੇ ਰੁਕੀ। ਤਾਂ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇਸ ਨੂੰ ਜੀਵ ਬੰਨ ਕੇ, ਇਸ ਜੀਵ ਨੂੰ ਬੰਨ ਕੇ ਲੈ ਕੇ ਜਾਂਦੇ ਨੇ, ਸੂਖਮ ਸਰੀਰ ਇਹਦੇ ਵਿੱਚੋਂ ਨਿਕਲਦਾ ਹੈ, ਤਾਂ ਜਿਹੜਾ ਬੜਾ ਚਿੱਟਾ ਚਿਹਰਾ ਸੀ ਉਹ ਕਾਲਾ ਹੋ ਜਾਂਦਾ ਮੌਤ ਕਰਕੇ। ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਇਸ ਸਰੀਰ ਰੂਪ ਧਰਤੀ ਵਿੱਚ ਸੱਜਣਾ ਜਿਹੋ ਜਿਹਾ ਬੀਜੇਗਾ, ਉਹੋ ਜਿਹਾ ਲੁਣੇ ਵੱਢ ਲਵੇਗਾ, ਉਹੋ ਜਿਹਾ ਪ੍ਰਾਪਤ ਹੋਵੇਗਾ। ਕਰਮਾ ਕਰਨ ਰੂਪ ਬੀਜ ਜਿਹੋ ਜਿਹੇ ਬੀਜੋਗੇ, ਉਹੋ ਜਿਹਾ ਫਲ ਪ੍ਰਾਪਤ ਹੋਵੇਗਾ। ਇਹ ਹੁਣ ਦੇਖ ਲਓ ਵੀ ਬੀਜਣਾ ਕੀ, ਮੈਨੇ ਕਰਨਾ ਕੀ ਹੈ। ਸਿਧਾਂਤ ਇਹੀ ਹੈ, ਬਸ ਜੋ ਕਰੋਗੇ ਉਹੋ ਹੀ ਭਰੋਗੇ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨਰੁੱਤ ਨਾਹੀ ਅਨਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ। ਹੁਣ ਕਲਯੁੱਗ ਦਾ ਸਮਾਂ ਆਇਆ, ਨਾਮ ਦਾ ਬੀਜ ਸੱਚੇ ਪਾਤਸ਼ਾਹ ਕਹਿੰਦੇ ਬੀਜਣਾ ਕਰ, ਨਾਮ ਦੀ ਕਮਾਈ ਕਰ, ਮਿਲਣਾ ਉਹੋ ਹੀ ਹੈ ਜੋ ਵੀ ਬੀਜੇਗਾ। ਬੀਜਣਾ ਕੀ, ਕਿਸੇ ਨਾਲ ਕਰਨਾ, ਕਿਸੇ ਨਾਲ ਮਾੜਾ ਕਰੋਗੇ ਉਹ ਤੁਹਾਡੇ ਕੋਲ ਆ ਜਾਏਗਾ, ਚੰਗਾ ਕਰੋਗੇ ਉਹ ਵੀ ਮੁੜ ਕੇ ਹੀ ਤੁਹਾਡੇ ਕੋਲ ਆਵੇਗਾ। ਤਾਂ ਐਸੀ ਹਾਲਤ ਸੱਚੇ ਪਾਤਸ਼ਾਹ ਕਹਿੰਦੇ ਜੀਵ ਦੀ ਹੈ, ਵਾਹਿਗੁਰੂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ। ਜਿਹੋ ਜਿਹੇ ਕਰਮ ਕਰਦਾ ਉਹੋ ਜਿਹਾ ਫਲ ਜਿਹੜਾ ਹੈ ਇਹਨੂੰ ਭੋਗਣਾ ਪੈਂਦਾ ਹੈ। ਇਹ ਕਰ ਕਰੇ ਸੋ ਇਹ ਕਰ ਪਾਏ, ਜੇ ਸੱਜੇ ਹੱਥ ਦੇ ਨਾਲ ਕੀਤਾ ਕਹਿੰਦੇ ਉਹਨੂੰ ਹੀ ਸਜ਼ਾ ਮਿਲੇਗੀ, ਖੱਬੇ ਨਾਲ ਕੀਤਾ ਹੈ ਤੇ ਉਹਨੂੰ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਜ਼ਾ ਪ੍ਰਾਪਤ ਹੋਵੇਗੀ। ਨਾਨਕ ਪ੍ਰਭ ਸਰਨਾਗਤੀ
ਚਰਨ ਬੋਹਿਤ ਪ੍ਰਭ ਦੇਤ। ਇਸ ਕਰਕੇ ਬੇਨਤੀ ਸੱਚੇ ਪਾਤਸ਼ਾਹ ਗਰੀਬ ਨਵਾਜ ਅੱਗੇ ਕਿ ਹੇ ਪ੍ਰਭੂ ਪਰਮੇਸ਼ਰ ਜੀ, ਜਿਹੜੇ ਤੇਰੀ ਸ਼ਰਨ ਵਿੱਚ ਆ ਗਤੀ ਆ ਜਾਂਦੇ ਹਨ, ਜਿਹੜੇ ਤੇਰੇ ਦਰ ਤੇ ਜੁੜ ਜਾਂਦੇ ਹਨ, ਤੇਰੇ ਚਰਨਾਂ ਦੇ ਧਾਰਨੀ ਹੋ ਜਾਂਦੇ ਹਨ, ਗੁਰੂ ਵਾਲੇ ਬਣ ਜਾਂਦੇ ਹਨ, ਅੰਮ੍ਰਿਤਧਾਰੀ ਹੁੰਦੇ ਹਨ, ਨਿਤ ਨੇਮੀ ਬਾਣੀ ਸੇਵਾ ਸਿਮਰਨ ਦੇ ਅਭਿਆਸੀ ਹੋ ਜਾਂਦੇ ਹਨ, ਉਹਨਾਂ ਨੂੰ ਤੂੰ ਆਪਣੇ ਚਰਨਾਂ ਰੂਪੀ ਜਹਾਜ਼ ਦਾ ਆਸਰਾ ਦੇ ਕੇ ਸੰਸਾਰ ਸਮੁੰਦਰ ਤੋਂ ਸੱਚੇ ਪਾਤਸ਼ਾਹ ਗਰੀਬ ਨਵਾਜ ਆਪ ਪਾਰ ਕਰ ਦਿੰਦੇ ਹੋ, ਇਸੇ ਤਰ੍ਹਾਂ ਸਾਡੇ ਤੇ ਵੀ ਕਿਰਪਾ ਕਰੋ। ਸੇ ਭਾਦੋਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ। ਆ ਭਾਦੋ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਕਿਰਪਾ ਕਰਦੇ ਹੋਏ ਉਪਦੇਸ਼ ਦਿੰਦੇ ਨੇ, ਉਹ ਪੁਰਸ਼ ਨਰਕਾਂ ਦੇ ਵਿੱਚ ਨਹੀਂ ਪਾਏ ਜਾਂਦੇ, ਗਰਭ ਰੂਪੀ ਨਰਕਾਂ ਦੇ ਵਿੱਚ ਨਹੀਂ ਪੈਂਦੇ, ਦੁੱਖਾਂ ਰੂਪੀ ਨਰਕਾਂ ਦੇ ਵਿੱਚ ਨਹੀਂ ਪੈਂਦੇ ਹਨ, ਜਿਹੜੇ ਸਤਿਗੁਰਾਂ ਦੇ ਨਾਲ ਹੇਤ ਪ੍ਰੇਮ ਰੱਖਦੇ ਹਨ, ਸਤਿਗੁਰਾਂ ਦੀ ਬਾਣੀ ਦਾ ਪਰਚਾ ਰੱਖਦੇ ਹਨ। ਐਸੀ ਕਿਰਪਾ ਉਹਨਾਂ ਉੱਤੇ ਸੱਚੇ ਪਾਤਸ਼ਾਹ ਜੀ ਦੀ ਵਰਤਦੀ ਹੈ। ਇਸ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਸਾਧ ਸੰਗਤ ਜੀ ਪ੍ਰੇਮ ਹੋਣਾ ਚਾਹੀਦਾ, ਇਹੀ ਸਭ ਤੋਂ ਵੱਡੀ ਦਾਤ ਹੈ ਇਸ ਸੰਸਾਰ ਦੇ ਵਿੱਚ। ਇਹ ਪਵਿੱਤਰ ਉਪਦੇਸ਼ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਭਾਦਰੋਂ ਦੇ ਮਹੀਨੇ ਦਾ ਸਾਨੂੰ ਕਿਰਪਾ ਕਰਕੇ ਬਖਸ਼ਿਸ਼ ਕਰਕੇ ਦਿੱਤਾ ਹੈ। ਬੜੀ ਸਿੱਖਿਆ ਦਿੱਤੀ ਹੈ ਗਰੀਬ ਨਵਾਜ ਨੇ, ਦਿਨ ਤੇ ਪਹਿਰ ਪਹਿਰ ਤੇ ਘੜੀਆਂ ਦਿਨਾਂ ਦੀ ਸਿੱਖਿਆ ਦਿੱਤੀ ਹੈ, ਪਹਿਰਾਂ ਦੀ ਸਿੱਖਿਆ ਦਿੱਤੀ ਹੈ, ਛੇ ਰੁੱਤਾਂ ਦੀ ਸਿੱਖਿਆ ਦਿੱਤੀ ਹੈ, ਥਿੱਤਾਂ ਦੀ ਸਿੱਖਿਆ ਦਿੱਤੀ ਹੈ, ਸੱਤ ਵਾਰਾਂ ਦੀ ਸਿੱਖਿਆ ਦਿੱਤੀ ਵੀ ਕਿਸੇ ਦੇ ਸਮਝ, 24 ਘੰਟਿਆਂ ਦੀ ਸਿੱਖਿਆ ਦਿੱਤੀ ਹੈ, ਸੰਮਤ ਸਾਹਾ ਲਿਖਿਆ ਸਾਲਾਂ ਦੀ ਵੀ ਸਿੱਖਿਆ ਦਿੱਤੀ ਹੈ। ਸਮੇਂ ਦੀਆਂ ਜਿੰਨੀਆਂ ਵੀ ਇਕਾਈਆਂ ਨੇ ਨਾ, ਇੱਕ ਘੰਟੇ ਤੋਂ ਲੈ ਕੇ ਸਕਿੰਟ ਤੋਂ ਲੈ ਕੇ ਛਿੰਨ ਤੋਂ ਲੈ ਕੇ ਅੱਖ ਚਮਕਣ ਤੋਂ ਲੈ ਕੇ ਸਮੇਂ ਦੀ ਇਕਾਈ ਵੰਡ ਸ਼ੁਰੂ ਹੋ ਗਈ ਨਾ, ਇਹ ਤੋਂ ਲੈ ਕੇ ਜਿਵੇਂ ਜਿਵੇਂ ਵੱਧਦਾ ਜਾਂਦਾ ਘੜੀਆਂ ਮੂਰਤ ਨੇ, ਪਲ ਨੇ, ਮੂਰਤ ਨੇ, ਘੜੀਆਂ ਨੇ, ਪਹਿਰ ਨੇ, ਜਾਮ ਨੇ ਜਿਹਨਾਂ ਨੂੰ ਆਪਾਂ ਪਹਿਰ ਕਹਿ ਦਿੰਦੇ, ਫਿਰ ਦਿਨ ਰਾਤ ਨੇ, ਫਿਰ ਦਿਨਾਂ ਰਾਤਾਂ ਤੋਂ ਬਾਅਦ ਸੱਤ ਵਾਰ ਨੇ, ਫਿਰ 15 ਥਿੱਤਾਂ ਨੇ, ਫਿਰ ਸਾਧ ਸੰਗਤ ਜੀ ਆਪਣੇ 12 ਮਹੀਨੇ ਨੇ, ਰੁੱਤਾਂ ਨੇ, ਜਿੰਨੀਆਂ ਵੀ ਸਮੇਂ ਦੀਆਂ ਇਕਾਈਆਂ ਸਾਰਿਆਂ ਦੀ ਵਿਆਖਿਆ ਸੱਚੇ ਪਾਤਸ਼ਾਹ ਨੇ ਬਾਣੀ 'ਚ ਕੀਤੀ ਵੀ ਕਿਸੇ ਤਰ੍ਹਾਂ ਵੀ ਇਹਦੇ ਉੱਤੇ ਅਸਰ ਹੋਵੇ ਅਤੇ ਇਹਨੂੰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋਵੇ। ਵਾਰ ਵਾਰ ਉਪਦੇਸ਼ ਕਰਨ ਦਾ ਭਾਵ ਵੀ ਇਹੀ ਹੁੰਦਾ ਹੈ ਵੀ ਹਿਰਦੇ ਦੇ ਵਿੱਚ ਵੱਸ ਜਾਵੇ, ਲੱਗ ਜਾਵੇ, ਕਿਉਂ ਬੰਦੇ ਦਾ ਸੁਭਾਅ ਹੈ ਭੁੱਲਣਾ। ਜੇ ਗ੍ਰੰਥਾਂ ਨੂੰ ਪੜ੍ਹੀਏ ਵਿਚਾਰੀਏ ਤਾਂ ਕਈ ਗੱਲਾਂ ਪੁਰਾਣੇ ਗ੍ਰੰਥਾਂ ਦੇ ਵਿੱਚੋਂ ਵੀ ਬੜੀਆਂ ਸੋਹਣੀਆਂ ਲੱਭਦੀਆਂ ਨੇ। ਇੱਕ ਸੱਜਣ ਤੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਸਿਰਫ ਇੱਕ ਵਾਰੀ ਕਿਹਾ, ਇੱਕ ਵਾਰੀ
ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਸ ਸਿੱਖ ਆਇਆ, ਬੇਨਤੀ ਕੀਤੀ ਸੱਚੇ ਪਾਤਸ਼ਾਹ ਉਪਦੇਸ਼ ਦਿਓ, ਕਹਿੰਦੇ ਬਾਣੀ ਪੜ੍ਹਨੀ ਸਿੱਖੋ ਪਹਿਲਾਂ, ਜ਼ਰੂਰੀ ਹੈ। ਬਾਣੀ ਪੜ੍ਹਦਾ ਪੜ੍ਹਦਾ ਜਦੋਂ ਇੱਥੇ ਆਇਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਫਿਰ ਕਦੀ ਨਹੀਂ ਦੁਬਾਰਾ ਉਹ ਪੜ੍ਹਨ ਵਾਸਤੇ ਆਇਆ। ਤਾਂ ਮਹਾਰਾਜ ਜੀ ਨੂੰ ਕਾਫੀ ਸਮੇਂ ਬਾਅਦ ਮਿਲਿਆ, ਉਹ ਸਿੱਖ ਨੂੰ ਪੁੱਛਣ ਲੱਗੇ ਵੀ ਇਹ ਬਾਣੀ ਪੜ੍ਹਦਾ ਸੰਥਿਆ ਕਰਦਾ ਹੈ। ਕਹਿੰਦੇ ਨਾ ਮਹਾਰਾਜ ਜੀ, ਇਹ ਤਾਂ ਬਸ ਉਸ ਇੱਥੋਂ ਕਿ ਤੱਕ ਹੀ ਪਹੁੰਚਿਆ, ਬਾਅਦ ਚ ਨਹੀਂ ਆਇਆ ਇਹ ਫਿਰ ਕਦੀ। ਤਾਂ ਉਹਨੂੰ ਸਦਕੇ ਕਹਿਣ ਲੱਗੇ, ਕਿਉਂ ਬਈ? ਉਹਦੀ ਭਾਵਨਾ ਇੰਨੀ ਸੀ, ਹਿਰਦਾ ਇੰਨਾ ਸਾਫ਼ ਸੀ, ਇੱਕ ਤੁਕ ਨੇ ਹੀ ਉਹਨੂੰ ਉੱਥੇ ਪਹੁੰਚਾ ਦਿੱਤਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਸਤਿਗੁਰੂ ਨੂੰ ਹੀ ਪਾ ਲਿਆ ਤੇ ਫਿਰ ਹੋਰ ਕੀ ਪੜ੍ਹਨਾ। ਇੱਕ ਤਾਂ ਉਹ ਹੁੰਦੇ ਨੇ ਉੱਤਮ, ਜਿਵੇਂ ਭਗਤ ਧੰਨੇ ਵਰਗੇ, ਬਸ ਚਾਰਾਂ ਪੰਜਾਂ ਦਿਨਾਂ 'ਚ ਹੀ ਉਹਨੂੰ ਮਿਲ ਪੈਂਦੇ ਨੇ। ਇੱਕ ਹੁੰਦੇ ਨੇ ਮੱਧਮ, ਜਿਨ੍ਹਾਂ ਨੂੰ ਥੋੜ੍ਹਾ ਸਮਾਂ ਲੱਗਦਾ ਹੈ। ਉਹ ਕਿਹੜੇ ਨੇ? ਜਿਵੇਂ ਅੱਧੀ ਕੁ ਜ਼ਿੰਦਗੀ ਇੱਧਰ ਲੰਘ ਗਈ ਅਤੇ ਅੱਧੀ ਕੁ ਬਾਅਦ 'ਚ ਇੱਧਰ ਲੰਘ ਗਈ, ਪਰ ਪਹੁੰਚ ਉੱਥੇ ਜਾਂਦੇ ਨੇ। ਇੱਕ ਹੁੰਦੇ ਨੇ ਸਾਡੇ ਵਰਗੇ ਕਨਿਸ਼ਟ, ਜਿਨ੍ਹਾਂ ਨੂੰ ਰੋਜ਼ ਮੱਤ ਦੇਣੀ ਪੈਂਦੀ ਪਰ ਗੁਰਦੁਆਰੇ ਤੋਂ ਬਾਹਰ ਨਿਕਲਦੇ ਹੀ ਭੁੱਲ ਜਾਂਦੀ ਹੈ। ਉਹਨਾਂ ਵਾਸਤੇ ਫਿਰ ਹਰ ਰੋਜ਼ ਦੀ ਵਿਚਾਰ, ਹਰ ਰੋਜ਼ ਦਾ ਉਪਦੇਸ਼ ਵੀ ਕਿਸੇ ਨਾ ਕਿਸੇ ਤਰ੍ਹਾਂ ਹਿਰਦੇ ਵਿੱਚ ਵਸਿਆ ਰਵੇ। ਤਿੰਨ ਤਰ੍ਹਾਂ ਦੀਆਂ ਬੁੱਧੀਆਂ ਮੰਨੀਆਂ ਨੇ ਨਾ ਧਾਰਮਿਕ ਗ੍ਰੰਥਾਂ ਦੇ ਵਿੱਚ। ਇੱਕ ਤਾਂ ਹੁੰਦੀ ਨਾ ਚਮੜਾ ਬੁੱਧੀ, ਇੱਕ ਨਮਦਾ ਬੁੱਧੀ, ਇੱਕ ਤੇਲੀਆ ਬੁੱਧੀ। ਕਈਆਂ ਨੂੰ ਥੋੜ੍ਹਾ ਜਿਹਾ ਦੱਸਣਾ ਪੈਂਦਾ, ਜਿਵੇਂ ਪਾਣੀ 'ਤੇ ਇੱਕ ਤੁਮਕਾ ਤੇਲ ਦਾ ਪਾਈ, ਉਹ ਆਪਣੇ ਆਪ ਹੀ ਫੈਲ ਜਾਂਦਾ, ਬਹੁਤਾ ਨਹੀਂ ਦੱਸਣਾ ਪੈਂਦਾ। ਇੰਨਾ ਹੀ ਕਿਹਾ ਸੀ ਕਬੀਰ ਸਾਹਿਬ ਜੀ ਨੂੰ ਸਵਾਮੀ ਰਾਮਾਨੰਦ ਜੀ ਨੇ, ਉੱਠੋ ਰਾਮ ਕੇ ਰਾਮ ਕਹੋ। ਇੰਨਾ ਹੀ ਕਿਹਾ ਸੀ ਨਾ, ਰਾਮ ਦੇ ਪਿਆਰੇ ਉੱਠ ਰਾਮ ਕਹਿ। ਇੰਨੇ ਨੇ ਜ਼ਿੰਦਗੀ ਬਦਲਦੀ ਫੜ ਕੇ। ਇਹ ਹੁੰਦੇ ਤੇਲੀਆ ਬੁੱਧੀ ਵਾਲੇ ਮਹਾਂਪੁਰਖਾਂ ਨੇ, ਤੇ ਚੌਥੀ ਵੀ ਮੰਨੀ ਆ ਜਿਹੜੀ ਗ੍ਰੰਥਾਂ 'ਚ ਆਉਂਦੀ ਨਹੀਂ ਕਿਤੇ, ਪ੍ਰਕਾਸ਼ਮਈ ਬੁੱਧੀ। ਇੱਕ ਵਾਰੀ ਦੇਖਣਾ ਬਸ, ਇੱਕ ਵਾਰੀ ਸੁਣਨਾ, ਇੱਕ ਵਾਰੀ ਪੜ੍ਹਨਾ, ਜਵਾਨੀ ਯਾਦ ਐਨ ਕੰਠਸਥ। ਪੰਥ ਰਤਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬ੍ਰਹਮਵੇਤੇ ਮਹਾਂਪੁਰਸ਼, ਉਹਨਾਂ ਪਾਸ ਬਾਬਾ ਜੀ ਬਹੁਤ ਸੇਵਾ ਕਰਦੇ ਰਹੇ। ਇੰਨੀ ਸੇਵਾ ਕੀਤੀ, ਇੱਕ ਦਿਨ ਫੁਰਨਾ ਬਣਿਆ ਕਿ ਗਰੀਬ ਨਿਵਾਜ ਮਹਾਂਪੁਰਸ਼ੋ, ਕਿਰਪਾ ਕਰੋ, ਤਰਸ ਕਰੋ, ਮੈਨੂੰ ਵੀ ਚਾਰ ਅੱਖਰ ਪੜ੍ਹਾ ਦਿਓ। ਬੁੱਧੀ ਬੜੀ ਮੋਟੀ ਸੀ, ਸੇਵਾ ਨੂੰ ਤੇ ਏਡੇ ਤਕੜੇ ਸੀ, ਰਾਤ ਦਿਨ ਸੇਵਾ ਹੀ ਸੇਵਾ। ਸੇਵਾ ਤੋਂ ਇੰਨੇ ਖੁਸ਼ ਹੋਏ, ਕਹਿੰਦੇ ਆ ਸਾਡੀ ਅਲਮਾਰੀ ਦੇ ਵਿੱਚ ਜਿੰਨੇ ਗ੍ਰੰਥ ਆ, ਇੱਕ ਵਾਰੀ ਖੋਲ੍ਹ ਕੇ ਵੇਖ ਲਾ ਸਾਰੇ। ਐਸੀ ਸੱਤ ਪੁਰਖਾਂ ਦੇ ਅੰਦਰ ਸਾਧ ਸੰਗਤ ਦੀ ਤਾਕਤ ਹੁੰਦੀ ਹੈ, ਜਿਵੇਂ ਮਹਾਰਾਜ ਜੀ ਕਹਿੰਦੇ ਨਾ, ਮੂਹ ਕੁਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ੍ਹ ਜਾਏ ਅੰਧ ਲਖੈ, ਬਦਰੋ ਸੁਣੇ ਜੋ ਕਾਲ ਕਿਰਪਾ ਕਰਾਏ। ਉਹ ਬਾਅਦ ਦੇ ਵਿੱਚ ਕਿੰਨਾ ਚਿਰ ਰਹੇ, ਇੱਕ ਕਾਂਸ਼ੀ ਤੋਂ ਪੰਡਿਤ ਆਇਆ,
ਉਹਨੇ ਸਾਰੇ ਵਿਦਵਾਨਾਂ ਨੂੰ ਘੇਰ ਕੇ ਪੁੱਛਿਆ ਵੀ ਜਿਹੜਾ ਮੂਲ ਮੰਤਰ ਦੇ ਵਿੱਚ ਆਉਂਦਾ ਵਾ ਅਕਾਲ ਮੂਰਤ, ਜਿਹੜਾ ਹੋਇਆ ਹੀ ਅਕਾਲ ਉਹਦੀ ਮੂਰਤ ਕਿੱਦਾਂ ਹੋ ਗਈ ਜੀ? ਦਓ ਜਵਾਬ ਇੱਕ ਦੂਜੇ ਨਾਲ ਸਿਰ ਫਸਾਉਣ ਨੂੰ ਤੇ ਸਾਰੇ ਤਗੜੇ। ਜਿਹੜਾ ਹੈ ਹੀ ਅਕਾਲ, ਜਿਹਦੇ ਉੱਤੇ ਸਮੇਂ ਦਾ ਅਸਰ ਹੀ ਨਹੀਂ, ਟਾਈਮ 'ਚ ਤੇ ਆਉਂਦਾ ਹੀ ਨਹੀਂ, ਮੈਨੇ ਜੰਮਦਾ ਮਰਦਾ ਹੀ ਨਹੀਂ। ਜਿਹੜੀ ਚੀਜ਼ ਜੰਮਣ ਮਰ 'ਚ ਨਹੀਂ ਆਉਂਦੀ ਉਹਦੀ ਮੂਰਤੀ ਸ਼ਕਲ ਕਿੱਦਾਂ, ਸਰੀਰ ਕਿੱਦਾਂ? ਪਰ ਮਹਾਰਾਜ ਨੇ ਲਿਖਿਆ ਅਕਾਲ ਮੂਰਤ। ਕਿਸੇ ਤੋਂ ਜਵਾਬ ਨਹੀਂ ਆਇਆ, ਉਹਨਾਂ ਪਾਸ ਆ ਗਿਆ। ਉਹਨਾਂ ਆਖਿਆ ਜੀ ਵਿਆਕਰਨ ਦੇ ਮੁਤਾਬਕ, ਜਿਹੜੀ ਸੰਸਕ੍ਰਿਤ ਵਿਆਕਰਨ ਹੈ ਉਹਦੇ ਮੁਤਾਬਕ ਜਿਹੜਾ ਐੜਾ ਵਾ ਇਹ ਵਿਆਪਕ ਅੱਖਰ ਆ, ਵਾਹਿਗੁਰੂ ਦਾ ਸਰੂਪ ਹੋਣ ਕਰਕੇ ਹਰ ਅੱਖਰ ਦੇ ਵਿੱਚ ਵਿਰਾਜਮਾਨ ਮੰਨਿਆ ਜਾਂਦਾ ਹੈ। ਇਹਦੇ ਵਿੱਚੋਂ ਐੜਾ ਕੱਢ ਤੇ ਕੀ ਬਣਿਆ? ਅਕਾਲ ਆ ਮੂਰਤ। ਮੰਨ ਗਿਆ, ਮੱਥਾ ਟੇਕਦਾ, ਕਹਿੰਦਾ ਬਾਬਾ ਸਾਰੀ ਦੁਨੀਆ ਫੋਨ ਮਾਰੀ, ਮੈਂ ਤੇ ਆਖਿਆ ਸਿੱਖ ਐਵੇਂ ਲੜ ਜੋਗੇ ਹੀ ਆ, ਐਸੇ ਬਾਬਾ ਜੀ ਮਹਾਂਪੁਰਸ਼ ਬਾਬਾ ਜੀ, ਉਹਨਾਂ ਦਾ ਤਖੱਲਾ ਸੀ ਸਿੱਖ ਹੀ ਸੀ, ਹੋਰ ਨਾ ਕੋਈ ਸਮਝ ਲਿਓ। ਤਾਂ ਇਹ ਹੁੰਦੀ ਪ੍ਰਕਾਸ਼ਮਈ ਬੁੱਧੀ ਸੰਤਾਂ ਦੀ ਕਿਰਪਾ ਨਾਲ। ਇੱਥੋਂ ਤੱਕ ਹੰਸਾਲੀ ਵਾਲੇ ਸੰਤ ਵੀ ਇਹ ਸਾਗੀ ਸੁਣਾਉਂਦੇ ਹੁੰਦੇ ਵੱਡੇ ਮਹਾਂਪੁਰਖਾਂ ਨੂੰ ਵੀ ਐਸੀ ਕਿਰਪਾ ਦੇ ਮਾਲਕ ਸਨ। ਇੱਕ ਹੁੰਦੀ ਤੇਲੀਆ ਬੁੱਧੀ, ਜਿਵੇਂ ਬੱਚੇ ਜਿਹੜੇ ਪੜ੍ਹਦੇ ਜ਼ਿਆਦਾ ਡਾਕਟਰੀ ਕਰਦੇ ਹੋਰ ਵਿਦਿਆ ਜ਼ਿਆਦਾ ਪੜ੍ਹਦੇ, ਥੋੜ੍ਹਾ ਕਹਿਣਾ ਬਹੁਤਾ ਪੜ੍ਹ ਜਾਣਾ, ਜਿਵੇਂ ਤੇਲ ਦਾ ਤੁਮਕਾ ਬਹੁਤਾ ਹੀ ਫੈਲ ਜਾਂਦਾ ਹੈ, ਥੋੜ੍ਹਾ ਜਿਹਾ ਦੱਸਣ ਦੀ ਲੋੜ, ਆਪਣੇ ਆਪ ਹੀ ਬਾਕੀ ਕੰਮ ਚਲਾ ਲੈਣਾ ਇਹਨਾਂ ਨੇ, ਤੇਜ਼ ਨੇ ਨਿਆਣੇ। ਇੱਕ ਹੁੰਦੀ ਸਾਧ ਸੰਗ ਜੀ ਨਮਤਾ, ਇੱਕ ਹੁੰਦੀ ਚਮੜਾ, ਕਈਆਂ ਦੀ ਨਾ ਚਮੜਾ ਬੁੱਧੀ ਹੁੰਦੀ, ਜਿੰਨਾ ਕੁ ਚਮੜੇ 'ਚ ਛੇਕ ਕਰਦੀ ਹੈ ਨਾ ਕਿੱਲ ਮਾਰਦੀ ਉਨਾ ਕੀ ਰਹਿਣਾ, ਜਿੰਨਾ ਕੁ ਉਸਤਾਦ ਨੇ ਪੜ੍ਹਾ ਦਿੱਤਾ ਉਹ ਤੇ ਰਹੂਗਾ, ਬਾਕੀ ਨਹੀਂ ਪੜੂਗਾ ਸਾਰੀ ਉਮਰ ਉੱਥੇ ਕੀ ਰਹੂਗਾ। ਇਹ ਤਾਂ ਬੁੱਧੀਆਂ ਮੰਨੀਆਂ ਨੇ, ਜਾਂ ਇੱਕ ਬੁੱਧੀ ਮੰਨੀ ਜੇ ਵਿੱਚੋਂ ਜਿੰਨਾ ਚਿਰ ਉਹ ਵਿੱਚ ਕਿੱਲ ਗੱਡਿਆ ਵਾ ਉਨਾ ਚਿਰ ਤੇ ਛੇਕ ਰਿਹਾ, ਜਦੋਂ ਵਿੱਚੋਂ ਪੁੱਟ ਲਿਆ ਉਹ ਮਿਲ ਗਿਆ। ਜਿੰਨਾ ਚਿਰ ਤੇ ਸੰਗਤ ਵਿੱਚ ਬੈਠਾ ਉਨਾ ਚਿਰ ਤੇ ਅਸਰ ਆ, ਜਦੋਂ ਸੰਗਤ ਚੋਂ ਬਾਹਰ ਹੋਇਆ ਤੇ ਚੱਲ ਮੇਰੇ ਭਾਈ ਰਾਮ ਨਾਮ ਸੱਤ ਹੈ। ਇਹ ਰਾਮ ਨਾਮ ਸੱਤ ਤੇ ਧਾਰਮਿਕ ਬੰਦਿਆਂ ਦਾ ਵੀ ਰੱਬ ਦਾ ਨਾਂ ਸੱਚ, ਇਹਨਾਂ ਦਾ ਤੇ ਅੱਠ ਹੀ ਹੁੰਦਾ ਵਾ। ਕਈ ਵਾਰੀ ਬੜਾ ਹੈਰਾਨ ਹੁੰਦਾ ਇੱਕ ਜਗ੍ਹਾ ਜਦੋਂ ਬੰਦੇ ਦੀ ਲੋਥ ਚੁੱਕਦੇ ਕਹਿੰਦੇ ਰਾਮ ਨਾਮ ਸੱਤ ਹੈ, ਰੱਬ ਦਾ ਨਾਂ ਸੱਚਾ ਦੁਨੀਆਂ ਝੂਠੀ ਹੈ, ਰੱਬ ਦਾ ਨਾਂ ਸੱਚਾ ਇਹ ਕੋਈ ਮਾੜੀ ਗੱਲ ਆ? ਨਹੀਂ ਨਾ ਮਾੜੀ, ਕਿਸੇ ਦੇ ਵਿਆਹ ਤੇ ਕਹਿ ਕੇ ਵੇਖਿਓ ਨਾ ਭਜਾਇਆ ਵਿਆਹ ਜੋ ਤੁਹਾਨੂੰ ਤੇ ਆਖੋ ਸਤਨਾਮ ਕਹਿ ਕੇ ਵੇਖ, ਕਿਸੇ ਦੇ ਵਿਆਹ ਤੇ ਰਾਮ ਨਾਮ ਸਾਤਾ ਟਾਂਗ ਨਾ ਚੁੱਕੀ ਫਿਰਨਗੇ ਅਗਲੇ, ਕਿੱਥੋਂ ਕਲਹਿਣਾ ਆ ਗਿਆ। ਇਸ ਕਰਕੇ ਲੋਕ ਜੋ ਬੋਲਦੇ ਆ, ਇੱਕ ਬੁੱਧੀ ਕਿੱਦਾਂ ਦੀ ਹੁੰਦੀ? ਜੋ ਬੋਲਦਾ ਵਾ ਅਸਰ ਕੋਈ ਨਹੀਂ, ਕਹਿੰਦਾ ਤੇ ਹੈ ਰੱਬ ਦਾ ਨਾਂ ਸੱਚਾ, ਜੇ ਸੱਚਾ ਤੇ ਫਿਰ ਹਰ ਸਮੇਂ ਤੇ ਹੀ ਸੱਚਾ, ਵਿਆਹ ਤੇ ਵੀ ਸੱਚਾ, ਮੌਤ ਤੇ ਵੀ ਸੱਚਾ, ਜੰਮਣ ਤੇ ਵੀ ਸੱਚਾ, ਮਰਨ ਤੇ ਵੀ ਸੱਚਾ। ਜਿਹਨੂੰ ਮਹਾਰਾਜ ਕਹਿੰਦੇ ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ।
ਤਾਂ ਇੱਕ ਬੁੱਧੀ ਇੱਦਾਂ ਦੀ ਹੁੰਦੀ ਹੈ ਵੀ ਬਸ ਜਿੰਨਾ ਕੁ ਚਿਰ ਹੈਗੇ ਉਨਾ ਕੁ ਚਿਰ ਅਸਰ, ਅਤੇ ਜਦੋਂ ਬਾਹਰ ਚਲੇ ਗਏ ਫਿਰ ਅਸਰ ਖਤਮ ਹੋ ਜਾਂਦਾ। ਸੋ ਇਹ ਵੱਡੇ ਭਾਗ ਨੇ ਜਿਹੜਾ ਸਤਿਗੁਰੂ ਜੀ ਨੇ ਸਾਨੂੰ ਮਹੀਨੇ ਦਾ ਉਪਦੇਸ਼ ਦਿੰਦੇ ਨੇ, ਵੀ ਸ਼ਾਇਦ ਮਹੀਨੇ ਦੇ ਉਪਦੇਸ਼ ਨਾ ਸਮਝਦੇ, ਜਾਂ ਫਿਰ ਰੋਜ਼ ਦਾ ਹੁਕਮਨਾਮਾ ਸਵੇਰ ਦਾ ਦਿੰਦੇ ਨੇ ਵੀ ਇਹਦੇ ਮੁਤਾਬਕ ਅੱਜ ਦੇ 24 ਘੰਟੇ ਬਤੀਤ ਕਰ, ਇਹਦੇ ਨਾਲ ਕੁਛ ਸਮਝ ਜੇ। ਇੱਦਾਂ ਸਤਿਗੁਰੂ ਜੀ ਨੇ ਸਮੇਂ ਦੀਆਂ ਜਿੰਨੀਆਂ ਇਕਾਈਆਂ ਨੇ ਸਭਨਾਂ ਦੀ ਵੰਡ ਕਰਕੇ ਸਿੱਖਿਆ ਦਿੱਤੀ ਕਿ ਕਿਸੇ ਤਰ੍ਹਾਂ ਵੀ ਮਾਲਕ ਦੇ ਨਾਂ ਨੂੰ ਸਮਝ ਜਾਵੇ, ਮਾਲਕ ਦੀ ਪ੍ਰਾਪਤੀ ਕਰੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅੱਗੇ ਵਾਸਤੇ ਸਾਰੀ ਸੰਗਤ ਦੇ ਸਮਤ ਬਖਸ਼ਣੀ ਜੀ ਲੇਖਕ ਅਤੇ ਨਾ ਛੂਟੀ ਗਏ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਨਾਨਕ ਪ੍ਰਭ ਸਰਣਾਗਤੀ ਚਰਨ ਗੋਹਿਤ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈਆ ਹੈ ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।